ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਕੈਂਡੀਡੇਟ ਜਦੋਂ ਐਲਾਨਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਕੈਂਡੀਡੇਟ ਜਦੋਂ ਨੋਮੀਨੇਸ਼ਨ ਫਾਈਲ ਕਰਦਾ ਹੈ ਤਾਂ ਉਹ ਨੋਮੀਨੇਸ਼ਨ ਕਿਵੇਂ ਫਾਈਲ ਹੁੰਦੀ ਹੈ। ਪਹਿਲਾਂ ਤਾਂ ਸਿਰਫ ਹੁੰਦਾ ਸੀ ਕਿ ਇੱਕ ਨੋਮੀਨੇਸ਼ਨ ਪੇਪਰ ਫਾਈਲ ਕਰਨਾ ਹੁੰਦਾ ਸੀ ਕਿ ਪ੍ਰਪੋਜ਼ਰ ਦੇ ਨਾਲ ਨਾਲ, ਹੁਣ ਜਿਹੜੇ ਨਾਲ ਐਡੀਸ਼ਨ ਜਿਹੜੀ ਕਰ ਦਿੱਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਾਫੀ ਟਾਈਮ ਤੋਂ ਕਿ ਐਫੀਡੈਵਿਟ ਫਾਈਲ ਕਰਨਾ ਪੈਂਦਾ ਹੈ। ਰੈਕੋਗਨਾਈਜ਼ ਜਿਹੜੀ ਨੋਰਮਲ ਪਾਰਟੀਜ਼ ਹੁੰਦੀਆਂ, ਜਿਵੇਂ ਨਵੀਂ ਪਾਰਟੀ ਹੁੰਦੀ ਹੈ, ਉਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਨੋਮੀਨੇਸ਼ਨ ਹੁੰਦਾ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਹੀ ਫਾਈਲ ਹੁੰਦਾ। ਕੈਂਡੀਡੇਟ ਨੂੰ ਮੈਂਡੇਟਰੀ ਹੁੰਦਾ ਕਿ ਮੈਂਸ਼ਨ ਕਰਨਾ ਵੀ ਜੇ ਤੁਹਾਡੇ ਤੇ ਐਪਲੀਕੇਬਲ ਨਹੀਂ ਹੈ ਤਾਂ ਲਿਖ ਦਿਓ ਨੋਟ ਐਪਲੀਕੇਬਲ, ਵੀ ਮੇਰੇ ਉੱਤੇ ਕੋਈ ਕੇਸ ਹੀ ਨਹੀਂ ਹੈ। ਜੇ ਕੋਈ ਵੀ ਇਹਨਾਂ ਵਿੱਚੋਂ 5 ਜਾਂ 6 ਦੇ ਵਿੱਚ ਕੋਈ ਵੀ ਤੁਹਾਡੇ ਤੇ ਐਪਲੀਕੇਬਲ ਹੁੰਦਾ ਤਾਂ ਤੁਸੀਂ ਲਿਖਣਾ ਹੈ ਕਿ ਵੈਦਰ ਇਨਫੋਰਮੇਸ਼ਨ ਦਿੱਤੀ ਹੈ ਜਾਂ ਨਹੀਂ ਦਿੱਤੀ, ਅਦਰਵਾਈਜ਼ ਇਹ ਮੈਂਡੇਟਰੀ ਹੈ, ਦੇਣੀ ਹੀ। ਲੋਕ ਸਭਾ ਚੋਣਾਂ ਦਾ ਮਾਹੌਲ ਹੈ, ਕੈਂਡੀਡੇਟ ਕੀ ਸੋਚਦੇ ਨੇ, ਮੁੱਦੇ ਕੀ ਨੇ, ਇਹ ਸਭ ਕੁਝ ਹਰ ਵਾਰ ਦਿਖਾਉਂਦੇ ਆ। ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਕੈਂਡੀਡੇਟ ਜਦੋਂ ਐਲਾਨਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਕੈਂਡੀਡੇਟ ਜਦੋਂ ਨੋਮੀਨੇਸ਼ਨ ਫਾਈਲ ਕਰਦਾ ਤਾਂ ਉਹ ਨੋਮੀਨੇਸ਼ਨ ਕਿਵੇਂ ਫਾਈਲ ਹੁੰਦੀ ਹੈ, ਉਹ ਕਾਗਜ਼ਾਂ 'ਚ ਲਿਖਿਆ ਇੱਕ ਇੱਕ ਸ਼ਬਦ ਸੱਚ ਲਿਖਣਾ ਪੈਂਦਾ, ਉਹਦੇ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਸਰਕਾਰੀ ਕਾਗਜ਼ ਬਣ ਜਾਂਦਾ। ਮੇਰੇ ਹੱਥ ਵਿੱਚ ਜਿਹੜਾ ਤੁਸੀਂ ਇਹ ਫਾਰਮ ਦੇਖ ਰਹੇ ਹੋ ਇਹ ਹੈਗਾ ਕੈਂਡੀਡੇਟ ਦਾ ਨੋਮੀਨੇਸ਼ਨ। ਕਾਫੀ ਕੁਝ ਤਕਨੀਕੀ ਪਹਿਲੂ ਨੇ ਔਰ ਅੱਜ ਖਾਸ ਤੌਰ ਤੇ ਅਸੀਂ ਦਰਸ਼ਕਾਂ ਨੂੰ ਵੀ ਸਮਝਾਉਣ ਤੇ ਸਮਝਣ ਪਹੁੰਚੇ ਹਾਂ ਕਿ ਆਖਿਰ ਇਹ ਨੋਮੀਨੇਸ਼ਨ ਪੇਪਰ ਕਿਵੇਂ ਭਰੇ ਜਾਂਦੇ ਨੇ, ਕੀ ਹੁੰਦਾ ਹੈ ਕਵਰਿੰਗ ਕੈਂਡੀਡੇਟ, ਤੁਹਾਡੀ ਜਿਹੜੀ ਪ੍ਰੋਪਰਟੀ ਹੈ ਕੈਂਡੀਡੇਟ ਦੀ ਉਹ ਕਿਵੇਂ ਮਾਪੀ ਜਾਂਦੀ ਹੈ, ਤਮਾਮ ਜਾਣਕਾਰੀ ਦੇਵਾਂਗੇ। ਸਾਡੇ ਨਾਲ ਵਕੀਲ ਨੇ, ਯੰਗ ਵਕੀਲ ਨੇ ਫੈਰੀ ਸੋਫਤ, ਜਿਹੜੇ ਮਾਹਿਰ ਨੇ ਕੈਂਡੀਡੇਟ ਦੇ ਨੋਮੀਨੇਸ਼ਨ ਭਰਵਾਉਣ ਦੀ ਗੱਲ ਹੋਏ, ਕੰਮਕਾਜ ਵਗੈਰਾ ਸੰਭਾਲਦੇ ਹੈ ਔਰ ਗੱਲਬਾਤ ਵੀ ਕਰਾਂਗੇ ਔਰ ਇਹ ਵੀ ਜਾਣਾਂਗੇ ਕਿ ਆਖਿਰ ਕਿੰਨੀ ਕੁ ਇੰਪੋਰਟੈਂਸ ਹੈ ਇਸ ਫਾਰਮ ਦੀ। ਫੈਰੀ ਜੀ, ਤੁਹਾਡੇ ਸਾਹਮਣੇ 2 ਕਿਤਾਬਾਂ ਮੈਂ ਦੇਖ ਰਿਹਾ, ਤੁਸੀਂ ਵਕੀਲ ਵੀ ਹੋ, ਮਾਡਲ ਕੋਡ ਆਫ ਕੰਡਕਟ ਤੇ ਹੈਂਡਬੁੱਕ ਨੋਮੀਨੇਸ਼ਨ ਫਾਰਮ। ਪਹਿਲਾਂ ਤਾਂ ਇਹ ਦੱਸੋ, ਨੋਮੀਨੇਸ਼ਨ ਫਾਰਮ ਭਰਵਾਉਣਾ ਵੀ ਇੱਕ ਸੌਖਾ ਕੰਮ ਤਾਂ ਹੈ ਨਹੀਂ ਹੈ, ਬਹੁਤ ਕੈਲਕੂਲੇਸ਼ਨ ਕਰਨੀ ਪੈਂਦੀ ਹੈ। ਨਹੀਂ ਦੇਖੋ, ਹੁਣ ਕਾਫੀ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਜਿਵੇਂ ਟਾਈਮ ਐਂਡ ਅਗੇਨ ਆਉਂਦੀ ਰਹਿੰਦੀਆਂ ਨੇ, ਤਾਂ ਪਹਿਲਾਂ ਤਾਂ ਸਿਰਫ ਹੁੰਦਾ ਸੀ ਕਿ ਇੱਕ ਨੋਮੀਨੇਸ਼ਨ ਪੇਪਰ ਫਾਈਲ ਕਰਨਾ ਹੁੰਦਾ ਸੀ ਕਿ ਪ੍ਰਪੋਜ਼ਰ ਦੇ ਨਾਲ ਨਾਲ, ਹੁਣ ਜਿਹੜੇ ਨਾਲ ਐਡੀਸ਼ਨ ਜਿਹੜੀ ਕਰ ਦਿੱਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਾਫੀ ਟਾਈਮ ਤੋਂ ਕਿ ਐਫੀਡੈਵਿਟ ਫਾਈਲ ਕਰਨਾ ਪੈਂਦਾ, ਜਿਹੜਾ ਉਹ ਐਫੀਡੈਵਿਟ ਫਾਈਲ ਕਰਨਾ ਹੁੰਦਾ ਉਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਡਿਟੇਲ ਮਾਈਨਿਊਟਲੀ ਜਿਹੜੀ ਡਿਟੇਲਸ ਜਿਹੜੀਆਂ ਨੇ ਮੈਂਸ਼ਨ ਕਰਨੀਆਂ ਪੈਂਦੀਆਂ ਨੇ ਅਤੇ ਉਹ ਇੱਕ ਗਰਾਊਂਡ ਬਣ ਜਾਂਦੀਆਂ ਨੇ ਵੀ ਅੱਗੇ ਵੀ ਇਲੈਕਸ਼ਨ ਜਿਹੜਾ ਪ੍ਰੋਸੈਸ ਦੇ ਵਿੱਚ ਵੀ ਜਦੋਂ ਇਲੈਕਸ਼ਨ ਰਿਜੈਕਸ਼ਨ ਦਾ ਨੋਮੀਨੇਸ਼ਨ ਰਿਜੈਕਸ਼ਨ ਦਾ ਪਲੱਸ ਉਹ ਤੋਂ ਬਾਅਦ ਅੱਗੇ ਜਿਹੜੇ ਇਲੈਕਸ਼ਨ ਪਟੀਸ਼ਨ ਜਦੋਂ ਫਾਈਲ ਹੁੰਦੀਆਂ ਨੇ ਵੀ ਉਹਦੇ 'ਚ ਜੇ ਤੁਸੀਂ ਕੁਝ ਕੰਸੀਲ ਕੀਤਾ ਹੋਇਆ ਤਾਂ ਉਹਦੇ ਵਿੱਚ ਇਲੈਕਸ਼ਨ ਪਟੀਸ਼ਨ ਵੀ ਜਿਹੜੀਆਂ ਨੇ ਉਹਨਾਂ ਦੀ ਅਲਾਓ ਹੋ ਜਾਂਦੀ ਹੁੰਦੀ ਹੈ ਇਸੇ ਗਰਾਊਂਡ ਦੇ ਉੱਤੇ। ਤਾਂ ਜਿਹੜਾ ਮੇਨ ਪ੍ਰੋਸੈਸ ਹੁੰਦਾ ਨੋਮੀਨੇਸ਼ਨ ਜਦੋਂ ਫਾਈਲ ਕਰਨੀ ਹੈ ਕੈਂਡੀਡੇਟ ਵੱਲੋਂ, ਇੱਕ ਇਲੈਕਸ਼ਨ ਕੰਟੈਸਟ ਕਰਨਾ ਅਲੱਗ ਇੱਕ ਪ੍ਰੋਸੈਸ ਹੈ, ਉਹ ਤੋਂ ਇਲਾਵਾ ਸਭ ਤੋਂ ਮੋਸਟ ਇੰਪੋਰਟੈਂਟ ਹੁੰਦਾ ਨੋਮੀਨੇਸ਼ਨ ਫਾਈਲ ਕਰਨਾ। ਕਾਗਜ਼ ਕੰਪਲੀਟ ਪਹਿਲਾਂ ਕਰ ਲਓ, ਹੈ ਕਾਗਜ਼ ਪਹਿਲਾਂ ਕੰਪਲੀਟ ਕਰ ਲਓ। ਜੇ ਦੇਖੋ, ਇਲੈਕਸ਼ਨ ਤਾਂ ਹੀ ਲੜ ਸਕਦੇ ਹੋ ਜੇ ਤੁਹਾਡੇ ਕਾਗਜ਼ ਪਾਸ ਹੋਣਗੇ, ਜੇ ਤੁਹਾਡੇ ਨੋਮੀਨੇਸ਼ਨ ਹੀ ਰਿਜੈਕਟ ਹੋ ਗਈ ਸ਼ੁਰੂ ਦੇ ਵਿੱਚ ਹੀ, ਫਿਰ ਤੁਸੀਂ ਜਿੰਨੀ ਮਰਜ਼ੀ ਕੈਂਪੇਨ ਕਰ ਲਓ ਸਭ ਕੁਝ ਕਰ ਲਓ, ਉਹ ਸਾਰੀ ਤਰੀ ਤਰਾਈ ਰਹਿ ਜਾਂਦੀ ਹੈ। ਠੀਕ ਹੈ, ਅਤੇ ਇਹਦੇ ਵਿੱਚ ਹੁਣ ਕੁਝ ਗਾਈਡਲਾਈਨਸ ਵਗੈਰਾ ਹੈਗੀਆਂ ਨੇ ਇਲੈਕਸ਼ਨ ਕਮਿਸ਼ਨ ਵੱਲੋਂ, ਅਤੇ ਜਿਹੜੇ ਕਿਉਂਕਿ ਹੁਣ ਆਪਣੇ ਇਲੈਕਸ਼ਨ ਜਨਰਲ ਇਲੈਕਸ਼ਨਸ ਨੇ, ਇਲੈਕਸ਼ਨ ਜਿਹੜੇ ਲੋਕ ਸਭਾ ਦੇ ਨੇ, ਤਾਂ ਇਹਦੇ ਲਈ ਜਿਹੜਾ ਮੇਨ ਫਾਰਮ ਹੁੰਦਾ ਫਾਰਮ 2A ਫਾਈਲ ਹੁੰਦਾ। ਇੱਕ ਵਾਰ ਦਿਖਾਓ ਜਿਹੜਾ ਦਰਸ਼ਕਾਂ ਨੂੰ, ਇਹ ਮੇਰੇ ਕੋਲ ਜਿਹੜੀ ਬੁੱਕ ਹੈ ਹੈਂਡਬੁੱਕ ਫਾਰ ਕੈਂਡੀਡੇਟ ਹੈ, ਇਹ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਇਸ਼ੂ ਕੀਤੀ ਹੋਈ ਹੈ, ਤੇ ਅਲੱਗ ਅਲੱਗ ਇਸ ਤਰੀਕੇ ਦੀ ਹੈਂਡਬੁੱਕਸ ਨੇ ਇਲੈਕਸ਼ਨ ਕਮਿਸ਼ਨ ਵੱਲੋਂ, ਮਾਡਲ ਕੋਡ ਆਫ ਕੰਡਕਟ ਹੈ, ਫਿਰ ਇਸ ਤੋਂ ਇਲਾਵਾ ਹੈਂਡਬੁੱਕ ਫਾਰ ਰਿਟਰਨਿੰਗ ਆਫਿਸਰ, ਸਾਰਾ ਕੁਝ ਮਤਲਬ ਪ੍ਰੋਸੀਜਰ ਜਿੰਨਾ ਵੀ ਹੈ, ਇੱਕ ਇੱਕ ਚੀਜ਼ ਨੂੰ ਜਿਹੜਾ ਇਹਨਾਂ ਨੇ ਐਕਸਪਲੇਨ ਕੀਤਾ, ਡਿਫਾਈਨ ਕੀਤਾ ਹੋਇਆ
ਵੀ ਇਲੈਕਸ਼ਨ ਕਮਿਸ਼ਨ ਨੇ ਤੇ ਤੁਹਾਨੂੰ ਕੋਈ ਵੀ ਜਿਵੇਂ ਕੋਈ ਇਸ਼ੂ ਆਉਂਦਾ ਕਿਸੇ ਵੀ ਚੀਜ਼ ਉੱਤੇ ਕੁਐਰੀ ਆ ਤਾਂ ਆਲਮੋਸਟ ਮੈਂ ਕਹਿੰਦਾ 99% ਕੁਐਰੀਜ਼ ਜਿਹੜੀਆਂ ਨੇ ਇਹਨਾਂ ਹੈਂਡਬੁੱਕਸ ਦੇ ਵਿੱਚ ਮੈਂਸ਼ਨ ਹੈਗੀਆਂ ਨੇ। ਸੋਭਾ ਜੀ ਗੱਲ ਦੱਸੋ, ਭਾਵੇਂ ਮੈਂ ਲੋਕ ਸਭਾ ਕੈਂਡੀਡੇਟ ਹਾਂ, ਮੈਂ ਨੋਮੀਨੇਸ਼ਨ ਫਾਈਲ ਕਰਨਾ, ਚੋਣ ਪ੍ਰਚਾਰ, ਗੱਲਾਂ, ਮੁੱਦੇ ਸਭ ਚੱਲਦਾ, ਕਾਗਜ਼ ਕਹਿੰਦੇ ਬਹੁਤ ਮਜ਼ਬੂਤ ਹੋਣੇ ਚਾਹੀਦੇ, ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਬੁੱਕ 'ਚ ਜਿਹੜਾ ਕਾਗਜ਼ ਹੈ ਪਹਿਲਾਂ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਜਿਹੜਾ ਫਾਰਮ ਹੈ ਫਾਰਮ 2A ਹੈ ਜਿਹੜਾ ਕਿ ਨੋਮੀਨੇਸ਼ਨ ਪੇਪਰ ਹੈ। ਇਹ ਦੇਖਿਓ ਜੀ, ਇਹ ਹੈਗਾ ਨੋਮੀਨੇਸ਼ਨ ਪੇਪਰ, ਦੇਖੋ ਠੀਕ ਹੈ, ਫਾਰਮ 2A। ਇਹਦੇ ਵਿੱਚ ਪਾਰਟ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਜਿਹਦੇ ਉੱਤੇ ਨੋਮੀਨੇਸ਼ਨ ਰਿਜੈਕਟ ਹੁੰਦੀਆਂ ਨੇ ਉਹ ਇਸ ਫਾਰਮ ਦੇ ਕਰਕੇ ਹੈ। ਸਭ ਤੋਂ ਛੋਟਾ ਫਾਰਮ ਹੈ, 2 ਜਾਂ 3 ਪੇਜਾਂ ਦਾ ਫਾਰਮ ਹੈ ਤੇ ਇਹਦੇ ਕਰਕੇ ਜਿਹੜੀ ਨੋਮੀਨੇਸ਼ਨ ਹੈ ਰਿਜੈਕਟ ਹੋ ਸਕਦੀਆਂ ਨੇ, ਸਟ੍ਰੇਟ ਅਵੇ ਰਿਜੈਕਟ ਕਰ ਸਕਦੇ ਨੇ ਆਰੋ। ਇਹਦੇ ਵਿੱਚ ਮੇਨ ਪਹਿਲਾ ਜਿਹੜਾ ਪਾਰਟ ਹੁੰਦਾ, 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ, 4 ਪਾਰਟਸ ਨੇ। ਪਹਿਲਾ ਪਾਰਟ ਜਿਹੜਾ ਜਿਹਦੇ ਵਿੱਚ ਕਿ ਨੋਮੀਨੇਸ਼ਨ ਜਿਹੜੇ ਆ ਕੋਈ ਜਿਹੜੇ ਪੋਲੀਟੀਕਲ ਪਾਰਟੀ ਨੇ, ਜਿਹੜੀ ਰੈਕੋਗਨਾਈਜ਼ ਪੋਲੀਟੀਕਲ ਪਾਰਟੀਜ਼ ਹੈ ਨੈਸ਼ਨਲ ਜਾਂ ਸਟੇਟ ਰੈਕੋਗਨਾਈਜ਼ ਪਾਰਟੀਜ਼, ਉਹਨਾਂ ਵੱਲੋਂ ਫਿਲ ਕੀਤਾ ਜਾਂਦਾ ਪਾਰਟ 1। ਪਾਰਟ 1 ਦੇ ਵਿੱਚ ਜਿਹੜਾ ਕੋਈ ਵੀ ਇੱਕ ਪ੍ਰਪੋਜ਼ਰ ਹੁੰਦਾ, ਜੇ ਨੈਸ਼ਨਲ ਪਾਰਟੀ ਜਾਂ ਸਟੇਟ ਰੈਕੋਗਨਾਈਜ਼ ਕਿਸੇ ਵੀ ਪਾਰਟੀ ਵੱਲੋਂ ਕੈਂਡੀਡੇਟ ਕੰਟੈਸਟ ਕਰ ਰਿਹਾ ਤਾਂ ਉਹਦੇ ਵਿੱਚ ਪ੍ਰਪੋਜ਼ਰ 1 ਰਿਕੁਆਇਰਡ ਹੁੰਦਾ। ਜੇ ਕੋਈ ਨੈਸ਼ਨਲ ਜਾਂ ਸਟੇਟ ਰੈਕੋਗਨਾਈਜ਼ ਪਾਰਟੀ ਜਾਂ ਫਿਰ ਰੈਕੋਗਨਾਈਜ਼ ਜਿਹੜੀ ਪਾਰਟੀ ਸਟੇਟ ਰੈਕੋਗਨਾਈਜ਼ ਜਾਂ ਨੈਸ਼ਨਲ ਰੈਕੋਗਨਾਈਜ਼ ਜਿਹੜੀ ਨਾਰਮਲ ਪਾਰਟੀਜ਼ ਹੁੰਦੀਆਂ, ਜਿਵੇਂ ਨਵੀਂ ਪਾਰਟੀ ਹੁੰਦੀ ਹੈ, ਉਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਨੋਮੀਨੇਸ਼ਨ ਹੁੰਦਾ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਹੀ ਫਾਈਲ ਹੁੰਦਾ। ਉਹਨਾਂ ਨੂੰ ਇੱਕ ਇਲੈਕਸ਼ਨ ਸਿੰਬਲ ਅਲਾਟ ਹੋ ਜਾਂਦਾ ਕਿ ਸਾਰੇ ਕੈਂਡੀਡੇਟਸ ਦਾ ਸੇਮ ਇਲੈਕਸ਼ਨ ਸਿੰਬਲ ਹੋਏਗਾ, ਅਦਰਵਾਈਜ਼ ਜਿਹੜਾ ਉਹਨਾਂ ਦਾ ਕੰਸੀਡਰ ਜਿਹੜਾ ਕੀਤਾ ਜਾਂਦਾ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਕੀਤਾ ਜਾਂਦਾ। ਫਰਕ ਇੱਕ ਜਿਹੜਾ ਫਰਕ ਹੈ ਮੇਨਲੀ ਜਿਹੜਾ ਦੋਨਾਂ ਦੇ ਵਿੱਚ ਫਰਕ ਹੈ, ਜਿਹੜੀ ਨੈਸ਼ਨਲ ਤੇ ਸਟੇਟ ਰੈਕੋਗਨਾਈਜ਼ ਪਾਰਟੀਜ਼ ਤੇ ਇੰਡੀਪੈਂਡੈਂਟ ਕੈਂਡੀਡੇਟ ਦੇ ਵਿੱਚ, ਕਿ ਜਿਹੜੀ ਰੈਕੋਗਨਾਈਜ਼ ਪਾਰਟੀਜ਼ ਹੈ ਇਹਨਾਂ ਲਈ 1 ਪ੍ਰਪੋਜ਼ਲ ਚਾਹੀਦਾ ਹੁੰਦਾ, ਜਿਹੜੀ ਇੰਡੀਪੈਂਡੈਂਟ ਪਾਰਟੀਜ਼ ਹੈ ਉਹਨਾਂ ਲਈ 10 ਪ੍ਰਪੋਜ਼ਲ ਚਾਹੀਦੇ ਹੁੰਦੇ ਨੇ। ਇਹ ਪਾਰਟ 1 ਜਿਹੜਾ ਇਹ ਰੈਕੋਗਨਾਈਜ਼ ਪਾਰਟੀਜ਼ ਦੇ ਲਈ ਹੈ, ਜਿਹੜੀ ਨੈਸ਼ਨਲ ਜਾਂ ਸਟੇਟ ਪਾਰਟੀਜ਼ ਨੇ ਉਹਨਾਂ ਵੱਲ ਪਾਰਟ 1 1 ਪ੍ਰਪੋਜ਼ਲ ਦਾ ਨਾਮ ਇੱਥੇ ਐਂਟਰ ਕੀਤਾ ਜਾਂਦਾ। ਜਿਹੜੀ ਰਾਸ਼ਟਰੀ ਪਾਰਟੀ ਸਟੇਟ ਨੇ, ਉਹ ਤੋਂ ਬਾਅਦ ਨੈਕਸਟ ਪੇਜ ਆ ਜਾਂਦਾ ਪਾਰਟ 2, ਜਿਹਦੇ ਵਿੱਚ ਜੇ ਇੰਡੀਪੈਂਡੈਂਟ ਕੈਂਡੀਡੇਟ ਵੱਲੋਂ ਹੈ ਉਹਦੇ ਵਿੱਚ ਤੁਸੀਂ ਸਾਰੀ ਜਿਹੜੀ ਡਿਟੇਲ ਹੈ 10 ਜਿਹੜੇ ਮੈਂਸ਼ਨ ਨੇ ਵੀ 10 ਪ੍ਰਪੋਜ਼ਲ ਜਿਹੜੇ ਨੇ ਉਹਨਾਂ ਦਾ ਮੈਂਸ਼ਨ ਕਰਨਾ ਬਹੁਤ ਇੰਪੋਰਟੈਂਟ ਹੈ। ਇੱਥੇ ਦਰਸ਼ਕਾਂ ਨੂੰ ਬਹੁਤ ਸਮਝਾ ਵੀ ਦਈਏ ਸੋਭਤ ਜੀ ਕਿ ਜਿਹੜੀ ਰੈਕੋਗਨਾਈਜ਼ ਪਾਰਟੀ ਹੈ ਉਹਦੇ ਲਈ 1 ਪ੍ਰਪੋਜ਼ਲ, ਜਿਹੜੀ ਇੰਡੀਪੈਂਡੈਂਟ ਖੜੇ ਇਹਦੇ ਲਈ 10। ਇਹ ਹੈਗੇ ਜੀ 10। ਇਹ ਦੇਖੋ ਤੁਸੀਂ ਦੇਖੋ ਕਿ ਨੇਮ ਆਫ ਕੰਪੋਨੈਂਟ ਅਸੈਂਬਲੀ ਕੰਸਟੀਚੁਐਂਸੀ, ਪਾਰਟ ਨੰਬਰ ਆਫ ਇਲੈਕਟ੍ਰੀਕਲ ਰੋਲ, ਇਹ ਸਾਰਾ ਪ੍ਰੋਸੀਜਰ ਹੈ, ਸਾਰਾ ਕੁਝ ਹੈਗਾ, ਉਹਨਾਂ ਦੇ ਸਾਈਨ ਹੋਣਗੇ। ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਇਹ ਜਿਹੜਾ ਬਹੁਤ ਇੰਪੋਰਟੈਂਟ ਕਿਉਂ ਹੈ ਇਹ ਜਿਹੜਾ ਫਾਰਮ ਹੈ, ਇਹਦੇ ਵਿੱਚ ਜੇ ਬਾਅਦ ਵਿੱਚ ਲੈਟਸ ਸੇ ਕੋਈ ਵੀ ਪ੍ਰਪੋਜ਼ਰ ਆ ਕੇ ਵੀ ਕਹਿ ਦੇ ਕਿ ਮੈਂ ਪ੍ਰਪੋਜ਼ ਇਹ ਨਹੀਂ ਕੀਤਾ ਸੀ ਜਾਂ ਇਹ ਮੇਰੀ ਵੋਟ ਨਹੀਂ ਹੈਗੀ ਜਾਂ ਕੁਛ ਵੀ, ਤਾਂ ਇਸੇ ਗਰਾਊਂਡ ਦੇ ਉੱਤੇ ਨੋਮੀਨੇਸ਼ਨ ਰਿਜੈਕਟ ਹੋ ਸਕਦੀਆਂ ਨੇ। ਵੀ ਜੇ 10 ਦੇ ਵਿੱਚੋਂ 10 ਪ੍ਰਪੋਜ਼ਰ ਜਿਹੜੇ ਕੋਈ ਵੀ 1 ਆ ਕੇ ਕਹਿ ਦੇਵੇ, ਕਿਉਂਕਿ ਮਿਨੀਮਮ ਕ੍ਰਾਈਟੇਰੀਆ ਕਿ 10 ਪ੍ਰਪੋਜ਼ਰ ਚਾਹੀਦੇ, ਜੇ 1 ਵੀ ਆ ਕੇ ਕਹਿ ਦੇ ਜੀ ਮੇਰੇ ਤੋਂ ਤਾਂ ਫੋਰਸਫੁਲੀ ਸਾਈਨ ਕਰਵਾਏ ਸੀ ਉਹਦਾ ਬੰਦੇ ਦਾ ਉਹਦੇ ਨੋਮੀਨੇਸ਼ਨ ਇਸ ਗਰਾਊਂਡ ਤੇ, ਤਾਂ ਹੀ ਇਸ ਕਰਕੇ ਜਿਹੜਾ ਜਦੋਂ ਨੋਮੀਨੇਸ਼ਨ ਫਾਈਲ ਕਰਦੇ ਆ ਤਾਂ ਇਲੈਕਸ਼ਨ ਕਮਿਸ਼ਨ ਵੱਲੋਂ 4 ਨੋਮੀਨੇਸ਼ਨ ਫਾਈਲ ਜਿਹੜੇ ਕਰ ਸਕਦੇ, ਨੋਮੀਨੇਸ਼ਨ ਪੇਪਰ 4 ਸੈੱਟ ਜਿਹੜੇ ਆਪਾਂ ਫਾਈਲ ਕਰ ਸਕਦੇ ਹਾਂ, ਉਹ ਇਸੇ ਕਰਕੇ ਹੁੰਦਾ ਕਿ ਅਲੱਗ ਅਲੱਗ ਕਰਦੇ ਵੀ ਇਨ ਕੇਸ ਜੇ ਕਿਸੇ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਆਵੇ, ਠੀਕ ਹੈ, ਜਾਂ ਪਹਿਲਾਂ ਕੋਈ ਫਾਰਮ ਫਿਲ ਕੀਤਾ ਤਾਂ ਉਹਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਦੁਬਾਰਾ ਤੁਸੀਂ ਉਸ ਚੀਜ਼ ਨੂੰ ਠੀਕ ਕਰ ਸਕਦੇ। 4 ਸੈੱਟ ਹੁੰਦੇ ਆ, ਇਸੇ ਕਰਕੇ 4 ਸੈੱਟ ਦਿੱਤੇ, 4 ਸੈੱਟ ਦਿੱਤੇ ਜਾਂਦੇ। ਪਾਰਟ 3 ਕੀ ਕਹਿੰਦਾ ਹੈ? ਪਾਰਟ 3 ਜਿਹੜਾ ਇਹਦੇ ਵਿੱਚ ਮਤਲਬ ਤੁਸੀਂ 1 ਤਾਂ ਵੀ ਸਿਟੀਜ਼ਨ ਆਫ ਇੰਡੀਆ, ਫਿਰ ਉਹ ਤੋਂ ਬਾਅਦ ਏਜ ਆ ਜਾਂਦੀ ਹੈ, ਦੈਨ ਫਿਰ ਆ ਜਾਂਦਾ ਵੀ ਮੈਂ ਕਿਹੜੀ ਪਾਰਟੀ ਵੱਲੋਂ ਕੈਂਡੀਡੇਟ ਹੈ,
ਠੀਕ ਹੈ, ਇਹਦੇ ਵਿੱਚ ਸੀ ਪਾਰਟ ਹੈ। ਸੀ ਦੇ ਵਿੱਚ ਪਹਿਲਾ ਪਾਰਟ ਹੈ ਵੀ ਜੇ ਤਾਂ ਤੁਸੀਂ ਨੈਸ਼ਨਲ ਪਾਰਟੀ ਜਾਂ ਸਟੇਟ ਪਾਰਟੀ ਵੱਲੋਂ ਹੈ ਤਾਂ ਪਾਰਟੀ ਦਾ ਨੇਮ ਲਿਖ ਦਿਓ। ਜੇ ਤੁਸੀਂ ਕਿਸੇ ਨੈਸ਼ਨਲ ਪਾਰਟੀ ਜਾਂ ਸਟੇਟ ਪਾਰਟੀ ਵੱਲੋਂ ਨਹੀਂ ਹੈਗੇ ਹੋ ਤਾਂ ਇੰਡੀਪੈਂਡੈਂਟ ਲਿਖ ਕੇ ਤੁਸੀਂ ਤਿੰਨ ਜਿਹੜੇ ਨੇ ਆਪਣੇ ਸਿੰਬਲਸ ਜਿਹੜੇ ਨੇ, ਜਿਹੜੇ ਤੁਸੀਂ ਤਿੰਨ ਸਿੰਬਲ ਚਾਹੁੰਦੇ ਹੋ ਆਪਣੀ ਪ੍ਰੈਫਰੈਂਸ ਵਾਈਜ਼ ਤਿੰਨੋ ਸਿੰਬਲ ਲਿਖ ਦਿਓ। ਫਿਰ ਉਹ ਡਿਸਾਈਡ, ਫਿਰ ਉਹ ਇਲੈਕਸ਼ਨ ਕਮਿਸ਼ਨ ਜਿਹੜੇ ਰਿਟਰਨਿੰਗ ਆਫਿਸਰ ਨੇ ਉਹ ਡਿਸਾਈਡ ਕਰਦੇ ਨੇ। ਜਿਹੜੀ ਤਾਂ ਕੁਛ ਪਾਰਟੀਜ਼ ਹੁੰਦੀਆਂ ਨੇ, ਜਿਵੇਂ ਨਵੀਂ ਪਾਰਟੀ ਬਣਦੀ ਹੈ ਤਾਂ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਸਿੰਬਲ ਕੋਈ ਅਲੋਟ ਹੋ ਜਾਂਦਾ ਤਾਂ ਉਹ ਉਹੀ ਸਿੰਬਲ ਭਰ ਦਿੰਦੇ। ਅਦਰਵਾਈਜ਼ ਫਿਰ ਕੀ ਹੁੰਦਾ, ਜੇ ਇੰਡੀਪੈਂਡੈਂਟ ਕੈਂਡੀਡੇਟਸ ਲੈਟਸ ਸੇ ਕੋਈ ਕਾਮਨ ਸੇਮ ਉਹ ਕਰ ਦੇਣ ਕਿ ਮੈਂ ਦੋ ਜਾਣੇ ਕਹਿ ਦੇਣ ਕਿ ਮੈਂ ਸੇਮ ਸਿੰਬਲ ਲੈਣਾ, ਤਾਂ ਉਹਦੇ ਵਿੱਚ ਫਿਰ ਟੌਸ ਕੀਤਾ ਜਾਂਦਾ ਵੀ ਕਿਹੜਾ ਕਿਹਨੂੰ ਉਹ ਸਿੰਬਲ ਜਿਹੜਾ ਅਲੋਟ ਕੀਤਾ ਜਾਵੇ। ਉਹ ਤੋਂ ਬਾਅਦ ਹੈਗਾ ਵੀ ਕੋਈ ਵੀ ਕਨਵਿਕਸ਼ਨ ਵੀ ਕਿਸੇ ਵੀ, ਇਹਦੇ ਵਿੱਚ ਇੰਪੋਰਟੈਂਟ ਹੈ, ਪਾਰਟ 3 ਹੈ, ਇਹਦੇ ਵਿੱਚ ਹੈ ਕਨਵਿਕਸ਼ਨ ਤਾਂ ਨਹੀਂ ਕਿਸੇ ਨੂੰ ਕਿਸੇ ਕੈਂਡੀਡੇਟ ਨੂੰ ਹੋਈ, ਉਹਦੇ ਵਿੱਚ ਸਾਰੀ ਡਿਟੇਲ ਲਿਖਣੀ ਪੈਂਦੀ ਹੈ। ਜੇ ਕਨਵਿਕਸ਼ਨ ਹੋਈ ਹੈ ਠੀਕ ਹੈ ਤਾਂ ਫਿਰ ਤੁਹਾਨੂੰ ਸਾਰੀ ਡਿਟੇਲ ਲਿਖਣੀ ਪਏਗੀ, ਅਦਰਵਾਈਜ਼ ਲਿਖਣਾ ਪਏਗਾ ਕਿ ਕੋਈ ਵੀ ਐਪਲੀਕੇਬਲ ਨਹੀਂ ਹੈ। ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਇੱਥੇ ਇੱਕ ਇੱਕ ਜਿਹੜਾ ਕਾਲਮ ਹੈ ਤੁਸੀਂ ਕੋਈ ਵੀ ਕਾਲਮ ਖਾਲੀ ਨਹੀਂ ਛੱਡ ਸਕਦੇ। ਇਹ ਬਹੁਤ ਇੰਪੋਰਟੈਂਟ ਹੈ, ਰੁਕ ਕੇ ਦੱਸ ਦਈਏ ਕਿ ਇਹ ਜਿਹੜਾ ਪਾਰਟ 3A ਹੈ, ਕੋਈ ਵੀ ਫਾਰਮ ਦੇ ਵਿੱਚ, ਪੂਰੇ ਫਾਰਮ ਦੇ ਵਿੱਚ ਸਾਰੇ ਕਾਲਮ ਭਰਨੇ ਪੈਣਗੇ, ਪੂਰੇ ਕਾਲਮ ਫਿਲ ਕਰਨੇ ਪੈਣਗੇ। ਜੇ ਤੁਹਾਡੇ ਤੇ ਕੋਈ ਹੈਗਾ ਵੀ ਨਿਲ ਭਰਨਾ, ਕੋਈ ਸਹੀ ਤੁਹਾਡੇ ਨਿਲ ਹੈ ਤਾਂ ਨਿਲ ਭਰੋਗੇ, ਜੇ ਕੋਈ ਐਪਲੀਕੇਬਲ ਨਹੀਂ ਹੈ ਤਾਂ ਉੱਥੇ ਨੋਟ ਐਪਲੀਕੇਬਲ ਲਿਖੋਗੇ। ਯਾਨੀ ਕਿ ਇਹ ਕਾਲਮ ਜਿਹੜਾ ਪਾਰਟ 3 ਹੈ ਕਿ ਤੁਹਾਡੇ ਤੇ ਕੋਈ ਕਦੀ ਕੋਈ ਕੇਸ ਹੋਈ ਹੋਏ, FIR ਹੋਇਆ ਹੋਏ, ਕੋਈ FIR ਹੋਈ ਹੋਏ, ਕਿਹੜਾ ਵੀ ਤੁਹਾਡੇ ਦੇ ਮੁਕੱਦਮਾ ਹੈ, ਸਾਰੀ ਇਨਫੋਰਮੇਸ਼ਨ ਦੇਣੀ। ਬਿਲਕੁਲ, ਇਹਦੇ ਵਿੱਚ ਇੱਕ ਇੱਕ ਡਿਟੇਲ ਜਿਹੜੀ ਹੈ ਤੁਹਾਨੂੰ ਮੈਂਸ਼ਨ ਕਰਨੀ ਪੈਂਦੀ ਹੈ, ਕਿਹੜਾ ਥਾਣਾ ਸੀ, ਕਿਹੜਾ ਸਾਰਾ ਕੁਝ ਹੈ, ਥਾਣਾ ਹੈ, ਫਿਰ ਜੇ ਉਹਦੀ ਅਪੀਲ ਤੁਸੀਂ ਫਾਈਲ ਕੀਤੀ ਹੋਈ ਹੈ। ਦੇਖੋ ਜੇ 2 ਸਾਲ ਤੋਂ ਉੱਪਰ ਦੀ ਸਜ਼ਾ ਹੋਈ ਹੋਵੇ ਕਿਸੇ ਨੂੰ ਤਾਂ ਉਹਦੇ ਵਿੱਚ ਤਾਂ ਤੁਸੀਂ ਇਲੈਕਸ਼ਨ ਹੀ ਨਹੀਂ ਕੰਟੈਸਟ ਕਰ ਸਕਦੇ। ਬਿਲਕੁਲ ਰੂਲ ਬਣਿਆ ਹੋਇਆ। ਹਾਂ, ਹੁਣ ਜੇ ਕਿਸੇ ਨੂੰ 2 ਸਾਲ ਪਲੱਸ ਜੇ ਕੁਛ ਓਫੈਂਸਿਸ ਜਿਹੜੇ ਨੇ ਡਿਸਕ੍ਰਾਈਬ ਕੀਤੇ ਹੋਏ ਨੇ ਰੀਪ੍ਰੈਜੈਂਟੇਸ਼ਨ ਆਫ ਪੀਪਲ ਐਕਟ ਦੇ ਅੰਡਰ, ਜਿਹਦੇ ਵਿੱਚ ਇਹ ਵੀ ਚਾਹੇ ਈਵਨ ਉਹਦੇ ਵਿੱਚ ਤਾਂ 2 ਮਹੀਨੇ ਦੀ ਵੀ ਸਜ਼ਾ ਹੋਈ ਹੋਵੇ ਉਹਨਾਂ ਐਕਟ ਦੇ ਵਿੱਚ, ਤਾਂ ਉਹਦੇ ਵਿੱਚ ਵੀ ਜਿਹੜਾ ਵੀ ਤੁਸੀਂ ਇਲੈਕਸ਼ਨ ਕੰਟੈਸਟ ਨਹੀਂ ਕਰ ਸਕਦੇ ਜਿਹੜੇ ਸੀਰੀਅਸ ਓਫੈਂਸਿਸ ਨੇ। ਅਦਰਵਾਈਜ਼ ਜਿਹੜਾ ਜੇ 2 ਸਾਲ ਤੋਂ ਘੱਟ ਹੈ ਤਾਂ ਉਹਦੀ ਤੁਹਾਨੂੰ ਸਾਰੀ ਡਿਟੇਲ ਲਿਖਣੀ ਪਏਗੀ। 2 ਸਾਲ ਤੋਂ ਉੱਪਰ ਦੇ ਵਿੱਚ ਜੇ ਤੁਹਾਡੀ ਕਨਵਿਕਸ਼ਨ ਸਟੇ ਹੈ, ਜਿਵੇਂ ਆਪਾਂ ਦੇਖਿਆ ਸੀ ਰਾਹੁਲ ਗਾਂਧੀ, ਹਾਂ ਰਾਹੁਲ ਗਾਂਧੀ, ਇਹਦੇ ਵਿੱਚ ਵੀ ਫਰਕ ਹੁੰਦਾ, 2 ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਹੈ ਸੈਂਟੈਂਸ ਸਸਪੈਂਡ ਹੋਈ ਹੈਗੀ, ਬੇਲ ਹੋ ਗਈ ਇੱਕ ਤਰ੍ਹਾਂ ਦੀ, ਦੂਸਰਾ ਹੁੰਦਾ ਕਨਵਿਕਸ਼ਨ ਦੇ ਉੱਤੇ ਸਟੇ ਹੈ, ਜਿਵੇਂ ਕਿ ਹੁਣ ਆਪਾਂ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਜੀ ਵਾਲਾ ਮੈਟਰ ਦੇਖਿਆ ਸੀਗਾ, ਉਹਨਾਂ ਦੀ ਜਿਹੜੀ ਕਨਵਿਕਸ਼ਨ ਜਦੋਂ ਸਟੇ ਹੋਈ ਉਹ ਤੋਂ ਬਾਅਦ ਫਿਰ ਦੁਬਾਰਾ ਫਿਰ ਉਹਨਾਂ ਨੂੰ ਐਲੀਜੀਬਲ ਹੋ ਗਏ ਸੀਗੇ ਲੋਕ ਸਭਾ ਵੀ MP ਦੇ ਲਈ। ਠੀਕ ਹੈ, ਅਗਲਾ ਪਾਰਟ ਕਿਹੜਾ ਜੀ? ਉਹ ਤੋਂ ਬਾਅਦ ਇਹ ਸਾਰਾ ਫਾਰਮ ਜਿਹੜਾ ਇਹ ਸੇਮ ਹੀ ਹੈਗਾ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਨੇ ਉਹ ਜਿਹੜੇ ਨੇ ਰਿਟਰਨਿੰਗ ਆਫਿਸਰ ਵੱਲੋਂ ਫਾਈਲ ਹੋਣੇ ਨੇ, ਠੀਕ ਹੈ, ਵੀ ਜਿਹੜੇ ਵੀ ਫਾਰਮ ਪਾਰਟ ਨੇ ਉਹ ਰਿਟਰਨਿੰਗ ਆਫਿਸਰ ਵੱਲੋਂ ਫਾਈਲ ਹੁੰਦੇ ਨੇ। ਉਸ ਤੋਂ ਬਾਅਦ ਜਿਹੜਾ ਇਹ ਫਾਰਮ 2B ਆਪਣੇ ਲਈ ਇਸ ਇਲੈਕਸ਼ਨ ਚ ਐਪਲੀਕੇਬਲ ਨਹੀਂ ਹੈ ਕਿਉਂਕਿ ਅਸੈਂਬਲੀ ਦੇ ਲਈ ਹੈ, ਲੈਜਿਸਲੇਟਿਵ ਅਸੈਂਬਲੀ ਦੇ ਲਈ ਹੈ। ਉਹਦੇ ਬਾਅਦ ਮੋਸਟ ਇੰਪੋਰਟੈਂਟ ਜਿਹੜਾ ਹੁਣ ਇੱਕ ਫਾਰਮ ਆ ਜਾਂਦਾ, ਫਾਰਮ 26 ਆ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਐਫੀਡੇਵਿਟ ਜਿਹੜਾ ਫਾਈਲ ਕਰਦੇ ਹਾਂ। ਓਕੇ, ਇਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਜਿਹੜਾ ਭਰਨ ਦੀ ਲੋੜ ਹੁੰਦੀ ਹੈ। 26 ਫਾਰਮ ਨੰਬਰ 26 ਦੇਖੋ ਜੀ, ਬਹੁਤ ਜ਼ਰੂਰੀ ਹੈ। 26 ਐਫੀਡੇਵਿਟ ਹੈ ਜਿਹੜਾ ਫਾਈਲ ਕਰਦੇ ਹਾਂ, ਇਹ ਫਾਰਮ 26 ਦੇ ਅੰਡਰ ਫਾਈਲ ਹੁੰਦਾ। ਇਹਨੂੰ ਪ੍ਰੋਪਰ ਜਿਵੇਂ ਅਟੈਸਟ ਵਗੈਰਾ ਵੀ ਕਰਵਾਇਆ ਜਾਂਦਾ, ਨੋਟਰੀ ਜਾਂ ਓਥ ਕਮਿਸ਼ਨਰ ਵੱਲੋਂ ਬਾਅਦ ਵਿੱਚ ਅਟੈਸਟ ਕਰਵਾਇਆ ਜਾਂਦਾ। ਇਹਦੇ ਵਿੱਚ ਸਾਰੀ ਪਾਰਟ ਏ ਦੇ ਵਿੱਚ ਤਾਂ ਡਿਟੇਲਸ ਸਬਮਿਟ ਕਰਨੀਆਂ ਹੁੰਦੀਆਂ, ਤੁਹਾਡੇ ਨੇਮ, ਐਡਰੈਸ, ਫਾਦਰ ਨੇਮ, ਫਿਰ ਸੋਸ਼ਲ ਮੀਡੀਆ ਦੇ ਅਕਾਊਂਟ। ਉਹੀ ਆਣ ਲੱਗਿਆ ਸੀ, ਇਹ ਧਿਆਨ ਨਾਲ ਦੇਖੋ ਕਿ ਇਹ ਜਿਹੜਾ ਫਾਰਮ 26 ਹੈ ਇਹਦੇ ਵੀ ਦੇਖੋ ਲਿਖਿਆ ਗਿਆ ਕਿ ਟੈਲੀਫੋਨ ਨੰਬਰਸ ਤੋਂ ਇਲਾਵਾ ਵੀ ਸੋਸ਼ਲ ਮੀਡੀਆ ਅਕਾਊਂਟ, ਸੋਸ਼ਲ ਮੀਡੀਆ, ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਜਿਹੜੀ ਜਿਹੜੀ ਦੇ ਉੱਤੇ ਵੀ ਜਿਹੜੀ ਜਿਹੜੀ ਵੀ ਤੁਸੀਂ ਆਈਡੀ ਯੂਜ਼ ਕਰ ਰਹੇ ਹੋ, ਸਾਰੀ ਦੀ ਸਾਰੀ ਇਹਦੇ ਵਿੱਚ ਮੈਂਸ਼ਨ ਕਰਨੀ ਜ਼ਰੂਰੀ ਹੁੰਦੀ ਹੈ। ਬਿਲਕੁਲ, ਠੀਕ ਹੈ। ਉਸ ਤੋਂ ਬਾਅਦ ਫਿਰ ਆ ਜਾਂਦਾ ਇਨਕਮ ਟੈਕਸ ਦੀ ਜਿਹੜੀ ਰਿਟਰਨਸ ਵਗੈਰਾ ਦੀ ਡਿਟੇਲ ਦੇਣੀ ਪੈਂਦੀ ਹੈ, ਉਹਦੇ ਵਿੱਚ ਆਪਣੀ ਸਪਾਊਸ ਦੀ,
ਜੇ HUF ਅਕਾਊਂਟ ਕੋਈ ਬਣਿਆ ਹੋਇਆ ਹਿੰਦੂ ਅਨਡਿਵਾਈਡਿਡ ਫੈਮਿਲੀ ਦੇ ਵਿੱਚ ਬਣਿਆ ਹੋਇਆ ਤਾਂ ਉਹਦੀ ਵੀ ਡਿਟੇਲ ਪਲੱਸ ਡਿਪੈਂਡੈਂਟਸ ਦੀ, ਜਿੰਨੇ ਵੀ ਤੁਹਾਡੇ ਜੇ 18 ਸਾਲ ਤੋਂ ਘੱਟ ਦੇ ਬੱਚੇ ਹੈ ਜੇ ਕੋਈ ਹੋਰ ਜਾਂ ਤੁਹਾਡੇ ਤੇ ਡਿਪੈਂਡੈਂਟ ਹੈ ਤਾਂ ਉਹਨਾਂ ਦੀ ਵੀ ਡਿਟੇਲ ਜਿਹੜੀ ਆ ਸਾਰੀ ਦੇਣੀ ਪਏਗੀ। ਇੱਕ ਚੀਜ਼ ਦੁਬਾਰਾ ਮੈਂ ਕਹੂੰਗਾ, ਫਾਰਮ ਜਿਹੜਾ ਹੈ ਸਾਰੇ ਦੇ ਸਾਰੇ ਕਾਲਮਸ ਭਰਨੇ ਮੈਂਡੇਟਰੀ ਹੁੰਦੇ ਆ। ਇਨ ਕੇਸ ਲੈਟਸ ਸੇ ਜਿਵੇਂ ਡਿਪੈਂਡੈਂਟ ਨੰਬਰ 1 ਦੇ ਸਾਹਮਣੇ ਵੀ ਤੁਹਾਡੇ ਡਿਪੈਂਡੈਂਟ ਨਹੀਂ ਹੈ ਤਾਂ ਵੀ ਇਹ ਖਾਨਿਆਂ ਦੇ ਵਿੱਚ ਨੋਟ ਐਪਲੀਕੇਬਲ ਲਿਖਣਾ ਪਏਗਾ। ਇੱਕ ਮੈਂ ਹੋਰ ਇੱਥੇ ਸਵਾਲ ਪੁੱਛਣਾ ਚਾਹਾਂਗਾ, ਆਪਾਂ ਜਦੋਂ ਦੇਖਦੇ ਆ ਵੀ ਚੱਲ ਤੇ ਅਚਲ ਸੰਪਤੀ ਹੈ ਨਾ, ਉਹ ਅੱਗੇ ਆਏਗਾ, ਇਹ ਕਿਵੇਂ ਅਕਾਊਂਟ ਹੁੰਦੀ ਹੈ ਕਿ ਮੇਰੇ ਕੋਲ ਮੇਰੇ ਜਿਹੜੀ ਪ੍ਰੋਪਰਟੀ ਹੈ, ਮੇਰਾ ਕੋਈ ਬੈਂਕ ਅਕਾਊਂਟ ਹੈ, ਇੱਕ ਅਕਾਊਂਟ ਕਰਕੇ ਪ੍ਰੋਪਰ ਦੱਸਣਾ ਹੁੰਦਾ ਕਿ ਗਲਤ ਨਾ ਹੋ ਜੇ, ਕਿਉਂਕਿ ਕਈ ਪਟੀਸ਼ਨਾਂ ਅਸੀਂ ਇਸ ਤੇ ਦੇਖਿਆ ਵੀ ਉਹਨਾਂ ਇਹ ਪ੍ਰੋਪਰਟੀ ਦੱਸੀ ਸੀ, ਹੁਣ ਪ੍ਰੋਪਰਟੀ ਹੋਰ ਨਿਕਲੀ। ਬਿਲਕੁਲ ਬਿਲਕੁਲ, ਉਹ ਜਿਹੜੀ ਚੀਜ਼ਾਂ ਨੇ ਉਹ ਸਾਰੀ ਬੜੀ ਇੰਪੋਰਟੈਂਟ ਨੇ, ਉਹਦੇ ਚ ਅੱਗੇ ਆਉਣਗੀਆਂ ਮੂਵੇਬਲ ਐਸੈਟਸ, ਇਮੂਵੇਬਲ ਐਸੈਟਸ ਦੇ ਉੱਤੇ ਜਦੋਂ ਅੱਗੇ ਆਪਾਂ ਫਾਰਮ ਦੇ ਵਿੱਚ ਅੱਗੇ ਜਾਵਾਂਗੇ ਉਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਦਾ ਵੀ ਕਿਸ ਤਰੀਕੇ ਨਾਲ ਬੈਂਕ ਦੀ ਡਿਟੇਲਸ ਫਰਨਿਸ਼ ਕਰਨੀਆਂ ਹੁੰਦੀਆਂ ਸਾਰਾ ਕੁਝ। ਤੇ ਅੱਗੇ ਮੈਂ ਪਹਿਲਾਂ ਦੱਸੂਗਾ ਕਿ ਉਸ ਤੋਂ ਬਾਅਦ ਜਿਹੜਾ ਜਦੋਂ ਪੈਨ ਨੰਬਰ ਵਗੈਰਾ ਮੈਂਸ਼ਨ ਕਰਕੇ ਲਾਸਟ 5 ਸਾਲ ਦੀ ਰਿਟਰਨਸ ਜਿਹੜੀਆਂ ਨੇ ਉਹ ਫਾਈਲ ਕਰਨੀ ਜ਼ਰੂਰੀ ਹੁੰਦੀਆਂ ਨੇ 5 ਸਾਲ ਦੀਆਂ। ਜੇ ਤੁਸੀਂ ਕੋਈ ਨਹੀਂ ਫਾਈਲ ਕੀਤੀ ਹੋਈ ਤੇ ਉਹਦੇ ਸਾਹਮਣੇ ਲਿਖ ਦੇਣਾ ਨੋਟ ਫਾਈਲ ਜਾਂ ਨੋਟ ਨਹੀਂ ਛੱਡਣਾ ਆਪਾਂ ਕੋਈ ਫਾਰਮ, ਕੋਈ ਵੀ ਨਹੀਂ ਛੱਡਣਾ। ਉਹ ਤੋਂ ਇਲਾਵਾ ਫਿਰ ਕ੍ਰਿਮੀਨਲ ਕੇਸਿਸ ਦਾ ਕੋਈ ਵੀ ਕ੍ਰਿਮੀਨਲ ਕੇਸ ਜਿਹੜੇ ਪੈਂਡਿੰਗ ਨੇ, ਉਹ ਸੀਗਾ ਕਨਵਿਕਸ਼ਨ ਦਾ ਜਿਹੜਾ ਪਹਿਲਾਂ ਫਾਰਮ ਸੀ ਉਹਦੇ ਸਿਰਫ ਕਨਵਿਕਸ਼ਨ ਰਿਲੇਟਿਡ, ਇਹਦੇ ਵਿੱਚ ਆਏਗਾ ਕੋਈ ਵੀ ਤੁਹਾਡੇ ਖਿਲਾਫ ਜਿਹੜੇ ਨੇ ਕੋਈ ਕੇਸ ਵਗੈਰਾ ਪੈਂਡਿੰਗ ਹੈ ਉਹਦੇ ਚ ਪ੍ਰੋਪਰ ਹੈ ਵੀ ਵੈਦਰ ਚਾਰਜ ਫਰੇਮ ਹੋਏ ਨੇ ਜਾਂ ਨਹੀਂ ਹੋਏ ਨੇ, ਕਿਹੜੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਜੇ ਚਾਰਜ ਵੀ ਜੇ ਚਲਾਣ, ਉਹ ਸਾਰੀ ਡਿਟੇਲ ਲਿਖਣੀ ਪਏਗੀ। ਜੇ ਨਹੀਂ ਹੈਗਾ ਤਾਂ ਤੁਸੀਂ ਇੱਥੇ ਲਿਖ ਦੋਗੇ ਮੇਰੇ ਖਿਲਾਫ਼ ਕੋਈ ਕੇਸ ਨਹੀਂ ਹੈ। ਉਸ ਤੋਂ ਇਲਾਵਾ ਬਾਅਦ ਵਿੱਚ ਆ ਜਾਂਦਾ ਕਨਵਿਕਸ਼ਨ ਦਾ, ਇਸੇ ਤਰੀਕੇ ਨਾਲ ਵੀ ਮੇਰੇ ਖਿਲਾਫ਼ ਕੋਈ ਕੇਸ ਪੈਂਡਿੰਗ ਹੈ ਜਾਂ ਮੇਰੇ ਖਿਲਾਫ਼ ਮੈਨੂੰ ਕੋਈ ਕਨਵਿਕਸ਼ਨ ਹੋਈ ਹੈ ਨਹੀਂ ਹੋਈ, ਉਹ ਸਾਰੀ ਡਿਟੇਲ। ਉਸ ਤੋਂ ਬਾਅਦ ਹੁਣ ਜਿਹੜਾ ਨਵਾਂ ਇੱਕ ਐਡ ਕੀਤਾ ਸੀਗਾ ਪਿੱਛੇ 6A, ਕਿ ਇਹ ਸਾਰੀ ਜਿਹੜੀ ਡਿਟੇਲ ਹੈ ਜਿਹੜੀ ਤੁਸੀਂ ਉੱਪਰ ਦੱਸੀ ਆ ਵੀ ਮੇਰੇ ਖਿਲਾਫ਼ ਕੇਸ ਹੈ ਜਾਂ ਕਨਵਿਕਸ਼ਨ ਹੋਈ ਹੈ ਜਾਂ ਨਹੀਂ ਹੋਈ, ਕਿ ਵੈਦਰ ਤੁਸੀਂ ਇਹ ਸਾਰਾ ਕੁਝ ਆਪਣੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਦੱਸਿਆ। ਅੱਛਾ, ਇਹ ਨਵਾਂ ਕਲੋਜ਼ ਹੈ, ਇਹ ਨਵਾਂ ਕਲੋਜ਼ ਜਦੋਂ, ਕਿਉਂਕਿ ਜਦੋਂ ਹੁਣ ਹੋ ਗਿਆ ਨਾ ਵੀ ਜਿੰਨੇ ਵੀ ਕੋਈ ਕੇਸਿਸ ਪੈਂਡਿੰਗ ਨੇ ਕ੍ਰਿਮੀਨਲ ਐਂਟੀਸੀਡੈਂਟਸ ਡਿਸਕਲੋਜ਼ ਕਰਨੇ ਪੈਂਦੇ ਨੇ, ਕਿ ਹਰ ਇੱਕ ਚੀਜ਼ ਜਿਹੜੀ ਹੈ ਵੀ 3 ਵਾਰ ਘੱਟੋ ਘੱਟ ਜਿਹੜੇ ਨੇ ਪਾਰਟੀ ਵੱਲੋਂ ਤੇ 3 ਵਾਰ ਹੀ ਕੈਂਡੀਡੇਟ ਵੱਲੋਂ ਜਿਹੜੇ ਨੇ ਇੱਕ ਨਿਊਜ਼ ਪੇਪਰਸ ਦੇ ਵਿੱਚ ਪਲੱਸ ਜਿਹੜੀ ਕੀ ਕਹਿੰਦੇ ਆ ਟੀਵੀ ਚੈਨਲ ਦੇ ਉੱਤੇ, ਨਿਊਜ਼ ਚੈਨਲ ਦੇ ਉੱਤੇ ਤੇ ਪੋਲੀਟੀਕਲ ਜਿਹੜੀ ਪਾਰਟੀ ਦੀ ਵੈਬਸਾਈਟ ਉੱਤੇ ਉਹਦੇ ਉੱਤੇ ਆ ਸਾਰੇ ਕ੍ਰਿਮੀਨਲ ਐਂਟੀਸੀਡੈਂਟਸ ਜਿਹੜੇ ਨੇ ਦੱਸਣੇ ਪੈਂਦੇ ਨੇ। ਇੱਕ ਪੁਆਇੰਟ ਬਹੁਤ ਅੱਛਾ ਦੱਸਿਆ ਇਹਨਾਂ ਨੇ, ਤੁਸੀਂ ਮੈਂ ਨਜ਼ਦੀਕ ਕਰਕੇ ਦੱਸਦਾ ਕਿ ਜਿਹੜਾ 6 ਕਾਲਮ ਹੈ ਇਹਦੇ ਵਿੱਚ ਲਿਖਿਆ I have given full and up to date information to my political party about all pending criminal cases against me and all and me and about all cases of conviction as given in paragraph, ਯਾਨੀ ਕਿ ਜਿਹੜੇ ਵੀ ਇਹ ਜਿਹੜੇ ਪੈਰਾਗ੍ਰਾਫ ਹੈ ਕਿ ਆਪਣੀ ਪੋਲੀਟੀਕਲ ਪਾਰਟੀ ਨੂੰ ਵੀ, ਇਹ ਬਹੁਤ ਇੰਪੋਰਟੈਂਟ ਹੋ ਗਿਆ ਕਿ ਕੈਂਡੀਡੇਟ ਇਹ ਨਹੀਂ ਜਿਹਦੀ ਮੈਨੂੰ ਨਹੀਂ ਪਤਾ ਸੀ ਪਾਰਟੀ ਕੱਲੋਂ ਪਾਰਟੀ ਵੀ ਕਹਿ ਸੀ ਸਾਨੂੰ ਨਹੀਂ ਪਤਾ ਸੀ, ਯਾਨੀ ਕਿ ਡਿਟੇਲ ਦੇਣੀ ਪੈਣੀ। ਇਹ ਕੈਂਡੀਡੇਟ ਦੀ ਜ਼ਰੂਰ, ਕੈਂਡੀਡੇਟ ਨੂੰ ਮੈਂਡੇਟਰੀ ਹੁੰਦਾ ਕਿ ਮੈਂਸ਼ਨ ਕਰਨਾ ਵੀ ਜੇ ਤੁਹਾਡੇ ਤੇ ਐਪਲੀਕੇਬਲ ਨਹੀਂ ਹੈ ਤਾਂ ਲਿਖ ਦਿਓ ਨੋਟ ਐਪਲੀਕੇਬਲ, ਵੀ ਮੇਰੇ ਉੱਤੇ ਕੋਈ ਕੇਸ ਹੀ ਨਹੀਂ ਹੈ। ਜੇ ਕੋਈ ਵੀ ਇਹਨਾਂ ਵਿੱਚੋਂ 5 ਜਾਂ 6 ਦੇ ਵਿੱਚ ਕੋਈ ਵੀ ਤੁਹਾਡੇ ਤੇ ਐਪਲੀਕੇਬਲ ਹੁੰਦਾ ਤਾਂ ਤੁਸੀਂ ਲਿਖਣਾ ਕਿ ਵੈਦਰ ਇਨਫੋਰਮੇਸ਼ਨ ਦਿੱਤੀ ਹੈ ਜਾਂ ਨਹੀਂ ਦਿੱਤੀ, ਅਦਰਵਾਈਜ਼ ਇਹ ਮੈਂਡੇਟਰੀ ਹੈ, ਦੇਣੀ ਹੀ ਪੈਂਦੀ ਹੈ। ਪਾਰਟੀ ਨੂੰ ਪਤਾ ਹੋਣਾ ਚਾਹੀਦਾ ਕੈਂਡੀਡੇਟ ਸਾਡਾ ਸਾਫ ਹੈ ਕਿਵੇਂ। ਬਿਲਕੁਲ ਬਿਲਕੁਲ, ਇਹ ਬੇਸਿਕਲੀ ਕੈਂਡੀਡੇਟ ਨੂੰ ਵੀ ਯਾਦ ਦਿਵਾਉਣ ਲਈ ਕਿ ਪਾਰਟੀ ਨੂੰ ਵੀ ਦੱਸਣਾ ਵੀ ਮੇਰੇ ਖਿਲਾਫ਼ ਇਹ ਕੇਸ ਪੈਂਡਿੰਗ ਹੈ। ਫਿਰ ਨੈਕਸਟ ਹੁਣ ਆ ਜਾਂਦਾ ਜਿਹੜਾ ਤੁਹਾਡੀ ਕੁਐਰੀ ਸੀਗੀ ਮੂਵੇਬਲ ਐਸੈਟਸ ਨੂੰ ਜਾਂ ਕਿਸ ਤਰੀਕੇ ਨਾਲ ਅਕਾਊਂਟ ਕਿਵੇਂ ਕਰਨਗੇ, ਕਿਉਂਕਿ ਵੱਡਾ ਸਿੰਪਲ ਜਿਹਾ ਸਵਾਲ। ਦੇਖੋ ਇੱਕ ਕੀ ਹੁੰਦਾ ਕਿ ਜਿਵੇਂ ਹੁਣ ਆ ਕੈਸ਼ ਇਨ ਹੈਂਡ ਹੈ, ਇਹਨੂੰ ਤੁਸੀਂ ਅਪਰੋਕਸ ਲਿਖ ਦਿੰਦੇ ਆ ਵੀ ਅਪਰੋਕਸੀਮੇਟਲੀ ਸਾਡੇ ਕੋਲ ਇੰਨਾ ਕੈਸ਼ ਹੈ। ਮੇਰਾ ਸੇਵਿੰਗ ਅਕਾਊਂਟ ਹੈ, ਮੇਰੇ ਦੋ ਦੱਸ ਰਹੇ ਆ ਅੱਗੇ ਸਾਰਾ ਇਹਦੇ ਵਿੱਚ ਆ ਜਾਂਦਾ ਡਿਟੇਲਸ। ਜਿਸ ਦਿਨ ਤੁਸੀਂ ਨੋਮੀਨੇਸ਼ਨ ਫਾਈਲ ਕਰ ਰਹੇ ਹੋ ਉਸ ਦਿਨ ਦੇ ਉੱਤੇ ਹੀ ਤੁਸੀਂ ਜਿਹੜਾ ਆਪਣੇ ਜਿੰਨੇ ਵੀ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਜਿਵੇਂ ਮੇਰੇ ਲੈਟਸ ਸੇ ਇੱਕ ਸਟੇਟ ਬੈਂਕ ਆਫ ਇੰਡੀਆ ਚ ਮੇਰਾ ਅਕਾਊਂਟ ਹੈ, ਇੱਕ HDFC ਬੈਂਕ ਦੇ ਵਿੱਚ ਹੈ,
ਤਾਂ ਇੱਥੇ ਪੂਰੀ ਡਿਟੇਲ ਲਿਖਣੀ ਪੈਂਦੀ ਹੈ ਕਿ ਸਟੇਟ ਬੈਂਕ ਆਫ ਇੰਡੀਆ 'ਚ ਮੇਰਾ ਇਹ ਅਕਾਊਂਟ ਹੈ, ਇਹ ਅਕਾਊਂਟ ਨੰਬਰ ਹੈ, ਇਹ ਬ੍ਰਾਂਚ ਹੈ, ਤੇ ਇੰਨਾ ਇਹਦੇ 'ਚ ਬੈਲੈਂਸ ਹੈ ਗੋਲਡ ਜਾਂ ਠੀਕ ਹੈ, ਐਵੇਂ ਮੇਰਾ ਦੂਸਰਾ ਅਕਾਊਂਟ ਹੈ ਉਹਦੇ 'ਚ ਇੰਨੇ ਨੇ। ਉਹ ਤੋਂ ਬਾਅਦ ਅੱਗੇ ਆ ਜਾਂਦਾ ਕੋਈ ਵੀ ਤੁਸੀਂ ਇਨਵੈਸਟਮੈਂਟ, ਕੋਈ ਬੋਂਡਸ ਵਗੈਰਾ ਲਿੱਤੇ ਹੋਏ ਨੇ, ਕੋਈ ਵੀ ਇਨਵੈਸਟਮੈਂਟ ਕੀਤੀ ਹੋਈ ਹੈ ਤੁਹਾਡੇ ਨਾਮ ਦੇ ਉੱਤੇ, LICs ਹੈ, ਉਹਦੀ ਡਿਟੇਲ ਲਿਖਣੀ ਪੈਂਦੀ ਹੈ ਤੁਹਾਡੇ, ਦੇਖੋ ਜੀ ਬਣਿਆ ਹੋਇਆ ਸਿਸਟਮ। ਫਿਰ ਤੁਸੀਂ ਕਿਸੇ ਨੂੰ, ਤੁਸੀਂ ਕੋਈ ਤੁਸੀਂ ਪੋਸਟਲ ਸੇਵਿੰਗ ਕੀਤੀ ਹੋਈ ਹੈ ਜਾਂ ਇੰਸ਼ੋਰੈਂਸ ਪਾਲਿਸੀ ਕੁਛ ਵੀ, ਜਾਂ ਤੁਸੀਂ ਕਿਸੇ ਨੂੰ ਪਰਸਨਲ ਲੋਨ ਦਿੱਤਾ ਹੋਇਆ। ਉਸ ਤੋਂ ਇਲਾਵਾ ਫਿਰ ਆ ਜਾਂਦਾ ਮੋਟਰ ਵਹੀਕਲਸ, ਮੋਟਰ ਵਹੀਕਲਸ ਦੀ ਵੀ ਡਿਟੇਲ ਤੁਹਾਨੂੰ ਸਾਰੀ ਦੇਣੀ ਪੈਂਦੀ ਹੈ ਕਿ ਆਹ ਵਹੀਕਲ ਹੈ, ਇੰਨੀ ਤਰੀਕ ਨੂੰ ਮੈਂ ਪਰਚੇਸ ਕੀਤਾ ਸੀਗਾ, ਇਹ ਮਾਡਲ ਹੈ, ਡੇਟ ਆਫ ਪਰਚੇਸ ਨਹੀਂ ਮਤਲਬ ਇਹ ਮਾਡਲ ਹੈ, ਇਹ ਮੇਕ ਹੈ, ਤੇ ਉਹ ਤੋਂ ਇਲਾਵਾ ਇਹਦੀ ਅੱਜ ਦੀ ਵੈਲਿਊ ਜਿਹੜੀ ਹੈ ਇੰਨੀ ਕੁ ਹੈ। ਇਹਦੇ ਵਿੱਚ ਦੇਖੋ ਇਹ ਵੀ ਲਿਖਿਆ ਕਿ ਮੋਟਰ ਵਹੀਕਲ, ਏਅਰਕ੍ਰਾਫਟ, ਯਾਟ, ਸ਼ਿਪ, ਡਿਟੇਲ, ਮੇਕ, ਰਜਿਸਟ੍ਰੇਸ਼ਨ ਨੰਬਰ, ਐਗਜ਼ੈਕਟਾ ਈਅਰ ਆਫ ਪਰਚੇਸ ਐਂਡ ਅਮਾਊਂਟ, ਜਿਹੜੀ ਹੈ ਵੀ ਅੱਜ ਦੀ ਵੈਲਿਊ ਕਿੰਨੀ ਹੈ, ਲੋਨ ਤੁਸੀਂ ਜਿਹੜਾ ਲਿਆ ਮਤਲਬ ਪੂਰੀ ਡਿਟੇਲ ਸਾਨੂੰ ਭਰਨੀ, ਤੁਸੀਂ ਇਹ ਦਿੱਤਾ ਹੋਇਆ ਹਜੇ ਜਿਹੜਾ ਆਪਣੇ ਐਸੈਟਸ ਦਾ ਚੱਲ ਰਿਹਾ, ਲਾਇਬਿਲਿਟੀਜ਼ ਦਾ ਅੱਗੇ ਆਏਗਾ। ਉਹ ਤੋਂ ਬਾਅਦ ਫਿਰ ਜੁਐਲਰੀ ਦਾ ਆ ਜਾਂਦਾ ਵੀ ਕਿੰਨੀ ਜੁਐਲਰੀ ਹੈ, ਐਸਟੀਮੇਟ ਵੇਟ ਵੀ ਲਿਖਣਾ ਪੈਂਦਾ, ਪਲੱਸ ਵੈਲਿਊ ਲਿਖਣੀ ਪੈਂਦੀ ਹੈ। ਅੱਛਾ ਸੋਭਤ ਜੀ, ਕਿਉਂਕਿ ਕਾਫੀ ਲੰਬੇ ਫਾਰਮ ਨੇ, ਮੈਂ ਹੁਣ ਖਤਮ ਕਰਾਂਗਾ। ਮੋਟਾ ਮੋਟਾ ਇਹ ਹੈ, ਮੋਟਾ ਮੋਟਾ ਇਹਦੇ ਵਿੱਚ ਅੱਗੇ ਜਿਹੜਾ, ਉਹ ਤੋਂ ਬਾਅਦ ਇਮੂਵੇਬਲ ਐਸੈਟਸ ਦਾ ਆ ਜਾਂਦਾ, ਕੋਈ ਜਿਹੜੀ ਤੁਹਾਡੇ ਨਾਮ ਦੇ ਉੱਤੇ ਪ੍ਰੋਪਰਟੀ ਹੈ ਉਹਦਾ ਪ੍ਰੋਪਰ ਐਡਰੈਸ ਲਿਖਣਾ ਪੈਂਦਾ, ਉਹਦੇ ਉੱਤੇ ਤੁਸੀਂ ਕਿੰਨੀ ਇਨਵੈਸਟਮੈਂਟ, ਜੇ ਤੁਸੀਂ ਇੱਕ ਤਾਂ ਹੁੰਦਾ ਕਿ ਤੁਹਾਡੀ ਪੁਰਾਣੀ ਜੱਦੀ ਪ੍ਰੋਪਰਟੀ ਚੱਲ ਰਹੀ ਹੈ, ਫਿਰ ਤਾਂ ਠੀਕ ਹੈ, ਜੇ ਨਹੀਂ ਚੱਲ ਰਹੀ ਤਾਂ ਤੁਸੀਂ ਕਦੋਂ ਪਰਚੇਸ ਕੀਤੀ ਸੀ, ਕਿੰਨੇ ਦੀ ਪਰਚੇਸ ਕੀਤੀ ਸੀ, ਉਹਦੇ ਉੱਤੇ ਕੋਈ ਖਰਚਾ ਕੀਤਾ ਸੀ, ਉਹ ਵੀ ਮੈਂਸ਼ਨ ਕਰਨਾ ਪੈਂਦਾ। ਫਿਰ ਉਹ ਤੋਂ ਬਾਅਦ ਅੱਗੇ ਲਾਇਬਿਲਿਟੀਜ਼ ਆ ਜਾਂਦੀਆਂ ਵੀ ਤੁਸੀਂ ਕੋਈ ਬੈਂਕ ਤੋਂ ਲੋਨ ਲਿੱਤਾ ਹੋਇਆ, ਕਿੰਨਾ ਲੋਨ ਲਿੱਤਾ ਹੋਇਆ, ਫਿਰ ਆ ਜਾਂਦਾ ਕਿਸੇ ਗੌਰਮੈਂਟ ਏਜੰਸੀ ਦਾ ਤੁਸੀਂ ਕੋਈ ਪੈਸੇ ਤਾਂ ਨਹੀਂ ਦੇ, ਜਿਵੇਂ ਕੋਈ ਪੈਂਡਿੰਗ ਇਨਕਮ ਟੈਕਸ ਦੇ, GST ਦੇ, ਤੇ ਜੇ ਦੇਣੇ ਨੇ ਤਾਂ ਉਹਦੇ ਰਿਗਾਰਡਿੰਗ ਕੋਈ ਲਿਟੀਗੇਸ਼ਨ ਚੱਲ ਰਹੀ ਹੈ, ਉਹ ਵੀ ਵਿੱਚ ਫਾਰਮ ਚ ਆ ਜਾਂਦਾ। ਉਹ ਤੋਂ ਇਲਾਵਾ ਫਿਰ ਇੱਕ ਆ ਜਾਂਦਾ ਇੰਪੋਰਟੈਂਟ, ਜਿਹੜਾ ਆਲਰੇਡੀ ਜਿਹੜੇ ਗੌਰਮੈਂਟ ਸਰਵਿਸ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਗੌਰਮੈਂਟ ਅਕੋਮੋਡੇਸ਼ਨ ਜਿਹਨਾਂ ਨੂੰ ਮਿਲੀ ਹੁੰਦੀ ਹੈ, ਉਹਨਾਂ ਨੂੰ ਇਸ ਚੀਜ਼ ਦੇ ਰਿਗਾਰਡਿੰਗ ਤੁਹਾਨੂੰ NOC ਲੈਣੀ ਪੈਂਦੀ ਹੈ। ਡੈਪੋਨੈਂਟ ਬੀਨ ਇਨ ਆਕੂਪੇਸ਼ਨ ਆਫ ਗੌਰਮੈਂਟ ਅਕੋਮੋਡੇਸ਼ਨ ਪ੍ਰੋਵਾਈਡਡ ਬਾਈ ਗੌਰਮੈਂਟ ਐਟ ਐਨੀ ਟਾਈਮ ਡਿਊਰਿੰਗ ਦੀ ਲਾਸਟ 10 ਈਅਰਸ, ਉਹਦੇ ਵਿੱਚ ਫਿਰ NOC ਵੀ ਲੈਣੀ ਪੈਂਦੀ ਹੈ। NOC ਲੈ ਕੇ ਵੀ ਕੋਈ ਵੀ ਡਿਊਸ ਤਾਂ ਪੈਂਡਿੰਗ ਨਹੀਂ ਹੈ, ਇਹਦੇ ਚ ਅੱਗੇ ਲਿਖਿਆ ਹੁੰਦਾ ਵੀ ਕੋਈ ਡਿਊਸ ਪੈਂਡਿੰਗ ਨਹੀਂ ਹੈਗੇ। ਮੈਂ ਇੱਥੇ ਹੈਰਾਨ ਆ ਵੀ ਜਿਹੜੇ ਬਣ ਗਏ ਕਾਗਜ਼, ਇਹ ਤਾਂ ਇੰਨਾ ਮਤਲਬ ਤੁਹਾਨੂੰ ਲੱਗਦਾ ਕਿ ਜਿਹੜੇ ਜਦੋਂ ਲੀਗਲ ਟੀਮਾਂ ਕੰਮ ਕਰਦੀਆਂ ਨੇ ਉਹਨਾਂ ਕੋਲ ਤਾਂ ਮੈਨੂੰ ਲੱਗਦਾ ਕਿ ਕਿੰਨਾ ਕੁ ਸਮਾਂ ਲੱਗ ਜਾਂਦਾ ਸਾਰੇ ਕਾਗਜ਼ ਇਕੱਠੇ ਕਰਨ, ਸਾਰਾ ਕੁਝ ਕਰਨ ਵਿੱਚ ਕਾਫੀ ਜਿਹੜਾ ਟਾਈਮ ਲੱਗਦਾ, ਟਾਈਮ ਕੰਜ਼ਿਊਮਿੰਗ ਹੁੰਦਾ ਇਹਦੇ ਵਿੱਚ ਸਾਨੂੰ, ਕਿਉਂਕਿ ਦੇਖੋ ਇੱਕ ਇੱਕ ਚੀਜ਼ ਬੜੀ ਬਰੀਕੀ ਨਾਲ ਦੇਖਣੀ ਪੈਂਦੀ ਹੈ। ਹੁਣ ਬੜੇ ਕੁਛ ਮਤਲਬ ਕੈਂਡੀਡੇਟਸ ਇਸ ਤਰੀਕੇ ਨਾਲ ਹੁੰਦੇ ਨੇ ਜਿਵੇਂ ਕਾਫੀ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ, ਉਹ ਬੜਾ ਲਾਈਟਲੀ ਲੈਂਦੇ ਨੇ ਇਸ ਚੀਜ਼ ਨੂੰ। ਅੱਛਾ ਕੋਈ ਇਹੋ ਜਿਹਾ ਉਦਾਹਰਣ ਮੈਂ ਨਾ ਨਹੀਂ ਪੁੱਛਾਂਗਾ ਕਿਸੇ ਵੀ ਦਾ, ਕਿ ਲੱਗਿਆ ਵੀ ਕਾਗਜ਼ ਰਹਿ ਗਿਆ ਹੋਵੇ, 11th hour ਰਾਤ ਨੂੰ ਭੱਜੇ ਹੋਣ, ਜਾਂ ਟਾਈਮ ਟੂ ਟਾਈਮ ਮੰਗਾਇਆ ਹੋਵੇ ਕੁਛ, ਏਦਾਂ ਦਾ ਬਹੁਤ ਹੁੰਦਾ ਇਹ ਤਾਂ ਚੀਜ਼। ਮਤਲਬ ਲਾਸਟ ਟਾਈਮ ਦੇ ਮਤਲਬ ਇਲੈਕਸ਼ਨ ਦੇ ਵਿੱਚ ਜਦੋਂ ਵੀ ਨੋਮੀਨੇਸ਼ਨ ਕਰਦੇ ਆ, ਹਜੇ ਜਦੋਂ ਜਿਹੜੇ ਤਾਂ MLA MP ਵਗੈਰਾ ਦੇ ਇਲੈਕਸ਼ਨ ਹੁੰਦੇ ਨੇ ਉਹਦੇ ਚ ਫੇਰ ਹਜੇ ਕਾਫੀ ਹੱਦ ਤੱਕ ਕੈਂਡੀਡੇਟ ਜਿਹੜੇ ਨੇ ਸੀਰੀਅਸ ਹੁੰਦੇ ਨੇ, ਇਹੀ ਜਿਹੜੇ ਫਾਰਮਸ ਨੇ ਐਵੇਂ ਡਿਟੇਲਸ ਜਿਹੜੀ, ਜਿਵੇਂ ਈਵਨ ਲੋਕਲ ਬਾਡੀਜ਼ ਦੇ ਇਲੈਕਸ਼ਨ ਹੁੰਦੇ ਨੇ ਉਹਦੇ ਵਿੱਚ ਵੀ ਸੇਮ ਹੀ ਭਰਨਾ ਪੈਂਦਾ। ਈਵਨ ਜਦੋਂ ਪੰਚਾਇਤੀ ਇਲੈਕਸ਼ਨ ਵੀ ਲੜਨਾ ਉਹਦੇ ਲਈ ਵੀ ਹੁਣ ਇਹ ਮੈਂਡੇਟਰੀ ਨੇ ਇਸ ਤਰੀਕੇ ਦਾ ਐਫੀਡੈਵਿਟ ਵਗੈਰਾ ਫਾਈਲ ਕਰਨ ਲਈ, ਉਹ ਤਾਂ ਡਿਟੇਲ ਦੇ ਕੇ ਹੀ ਰਾਜ਼ੀ ਨਹੀਂ ਹੁੰਦੇ, ਉਹਨਾਂ ਨੂੰ ਹੁੰਦਾ ਵੀ ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ, ਮਤਲਬ ਉਹ ਬੜਾ ਬਟ ਬਦ ਜਦੋਂ ਉਹ ਜਿੱਤ ਜਾਂਦੇ ਨੇ, ਜਿੱਤਣ ਤੋਂ ਬਾਅਦ ਜਦੋਂ ਉਸ ਚੀਜ਼ ਦੀ ਇਲੈਕਸ਼ਨ ਪਟੀਸ਼ਨ ਫਾਈਲ ਹੁੰਦੀ ਹੈ, ਠੀਕ ਹੈ, ਫੇਰ ਹਾਰਦੇ ਨੇ, ਫੇਰ ਪਤਾ ਲੱਗਦਾ ਇਸ ਕਵਰਿੰਗ ਕੈਂਡੀਡੇਟ ਇੱਕ ਇੰਪੋਰਟੈਂਟ ਪਾਰਟ ਹੈ। ਹਾਂਜੀ, ਫਿਰ ਇੱਕ ਚੀਜ਼ ਰਹਿ ਗਈ ਸੀ ਕਿ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਸਾਰੀ ਤੁਹਾਡੀ ਇਹ ਵਿੱਚ ਮੈਂਸ਼ਨ ਕਰਨੀ ਹੁੰਦੀ ਹੈ ਆਹ ਫਾਰਮ ਜਿਹੜਾ। ਇਹ ਤੋਂ ਬਾਅਦ ਹੁਣ ਇੱਕ ਆਉਂਦਾ ਵੀ ਕਵਰਿੰਗ ਕੈਂਡੀਡੇਟ ਦਾ ਜਿਹੜਾ ਆਉਂਦਾ, ਕਵਰਿੰਗ ਕੈਂਡੀਡੇਟ ਹੁੰਦਾ ਉਹ ਜਿਵੇਂ ਵੀ ਪੋਲੀਟੀਕਲ ਪਾਰਟੀਜ਼ ਵੱਲੋਂ ਸੈੱਟ ਕੀਤਾ ਜਾਂਦਾ, ਜਾਂ ਫਿਰ ਜਿਵੇਂ ਇੰਡੀਪੈਂਡੈਂਟ ਹੁੰਦੇ ਨੇ ਉਹ ਵੀ ਆਪਣਾ ਕਵਰਿੰਗ ਕੈਂਡੀਡੇਟ ਕਰ ਸਕਦੇ ਆ।
ਕਵਰਿੰਗ ਕੈਂਡੀਡੇਟ ਦਾ ਜਿਹੜਾ ਫਾਰਮ ਫਿਲ ਕਰਨ ਦਾ ਤਰੀਕਾ ਉਹ ਬਿਲਕੁਲ ਟੋਟਲੀ ਸੇਮ ਹੁੰਦਾ। ਉਹ ਵੀ ਇੱਕ ਤਰ੍ਹਾਂ ਦੇ ਕੈਂਡੀਡੇਟ ਹੀ ਹੁੰਦੇ ਨੇ, ਉਹਨਾਂ ਦਾ ਵੀ ਜਦੋਂ ਜਿਵੇਂ ਫਾਰਮ ਜਿਹੜਾ ਮੇਨ ਕੈਂਡੀਡੇਟ ਦਾ ਫਿਲ ਹੁੰਦਾ ਉਵੇਂ ਹੀ ਸੇਮ ਕ੍ਰਾਈਟੀਰੀਆ ਉਹਨਾਂ ਨੂੰ ਫਾਲੋ ਕਰਨਾ ਪੈਂਦਾ, ਸਾਰਾ ਕੁਝ ਸੇਮ ਹੁੰਦਾ। ਬਸ ਫਰਕ ਇਹ ਹੁੰਦਾ ਜਦੋਂ ਤਾਂ ਜਿਹੜੇ ਤਾਂ ਕੈਂਡੀਡੇਟ ਵੱਲੋਂ ਲੈਟਸ ਪੋਲੀਟੀਕਲ ਪਾਰਟੀ ਵੱਲੋਂ ਜਿਹੜੇ ਸਾਈਨ ਹੁੰਦੇ ਨੇ ਇੱਕ ਪ੍ਰਪੋਜ਼ਰ ਦੇ ਨਾਲ ਫਾਰਮ ਫਿਲ ਕਰਦੇ ਨੇ, ਤਾਂ ਜਦੋਂ ਪਾਰਟੀ ਟਿਕਟ ਇਸ਼ੂ ਕਰਦੀ ਹੈ ਉਹ ਅੱਗੇ ਫਾਰਮ ਏ ਤੇ ਬੀ ਹੁੰਦਾ ਜਿਹਦੇ ਵਿੱਚ ਪਾਰਟੀ ਟਿਕਟ ਇਸ਼ੂ ਕਰਦੀ ਹੈ, ਉਹਦੇ ਵਿੱਚ ਮੈਂਸ਼ਨ ਕਰਦੇ ਨੇ ਕਿ ਸਾਡਾ ਮੇਨ ਕੈਂਡੀਡੇਟ ਇਹ ਹੈ। ਅੱਗੇ ਜੇ ਇਨ ਕੇਸ ਉਹ ਨਹੀਂ ਹੁੰਦਾ ਤਾਂ ਸਬਸਟੀਟਿਊਟ ਕੈਂਡੀਡੇਟ ਸਾਡੇ ਦੂਸਰੇ ਹੈ, ਠੀਕ ਹੈ। ਫਿਰ ਉਹ ਕੀ ਹੁੰਦਾ ਜਦੋਂ ਇੱਕਦਮ ਮਤਲਬ ਜਦੋਂ ਮੇਨ ਕੈਂਡੀਡੇਟ ਦੇ ਐਕਸੈਪਟ ਹੋ ਜਾਂਦੇ ਨੇ ਤਾਂ ਦੂਸਰਾ ਜਿਹੜਾ ਸਬਸਟੀਟਿਊਟ ਕੈਂਡੀਡੇਟ ਦੇ ਉਹਦੇ ਆਟੋਮੈਟਿਕਲੀ ਫਿਰ ਰਿਜੈਕਟ ਹੋ ਜਾਂਦੇ ਨੇ ਕਿਉਂਕਿ ਉਹ ਪਾਰਟੀ ਦਾ ਨਹੀਂ ਰਹਿੰਦਾ ਤੇ ਉਹ ਜੇ ਇੰਡੀਪੈਂਡੈਂਟ ਲੜਨਾ ਤਾਂ ਤੁਹਾਨੂੰ ਦੱਸ ਦੇ ਚਾਹੀਦੇ ਨੇ। ਅੱਛਾ ਟਿਕਟ ਮਿਲਦੀ ਹੈ, ਟਿਕਟ ਕਿਹਨੂੰ ਕਹਿੰਦੇ ਨੇ? ਟਿਕਟ ਤਾਂ ਇਹ ਵੀ ਬਹੁਤ ਇੰਪੋਰਟੈਂਟ ਪਾਰਟ ਹੈ, ਆਪਾਂ ਕਹਿੰਦੇ ਵੀ ਟਿਕਟ ਮਿਲ ਗਈ, ਮੈਚ ਦੀ ਟਿਕਟ ਸੁਣੀ ਸੀ, ਥੀਏਟਰਾਂ ਚ ਟਿਕਟਾਂ ਸੁਣੀ ਸੀਗੀਆਂ, ਹੋਰ ਬੱਸ ਦੀ ਟਿਕਟ ਸੁਣੀ ਸੀ, ਇਹ ਪਾਰਟੀ ਦੀ ਟਿਕਟ ਜਿਹੜੀ ਹੈ ਉਹ ਕਿਹਨੂੰ ਕਹਿੰਦੇ ਆ? ਟਿਕਟ ਕਿੱਥੇ ਹੈ? ਦੋ ਪੇਜ ਨੇ, ਹਾਂਜੀ, ਇੱਕ ਫਾਰਮ ਏ ਹੁੰਦਾ ਇੱਕ ਫਾਰਮ ਬੀ ਹੁੰਦਾ। ਇਹ ਦਿਖਾਓ ਜੀ, ਦਿਖਾਓ ਪਹਿਲਾਂ ਇੱਕ ਵਾਰ। ਇਹ ਹੁੰਦੀ ਹੈ ਟਿਕਟ। ਅੱਛਾ ਇਹ ਹੈ ਜੀ ਟਿਕਟ, ਠੀਕ ਹੈ, ਇੱਕ ਫਾਰਮ ਏ ਹੈ। ਹਾਂ, ਫਾਰਮ ਏ ਹੁੰਦਾ ਜਿਹਦੇ ਵਿੱਚ ਜਿਹੜੀ ਜਿਹੜੇ ਪਾਰਟੀ ਦੇ ਜਿਵੇਂ ਜਨਰਲ ਸੈਕਟਰੀ ਹੈ ਜਾਂ ਪਾਰਟੀ ਦੇ ਹੈਡ ਹੁੰਦੇ ਆ, ਠੀਕ ਹੈ, ਉਹ ਕਿਸੇ ਵੀ ਮਤਲਬ ਲੋਕਲ ਮਤਲਬ ਪਰਸਨ ਨੂੰ ਜਾਂ ਕਿਸੇ ਵੀ ਮਤਲਬ ਜਿਹੜੇ ਸੈਕਟਰੀ ਵਗੈਰਾ ਹੁੰਦੇ ਨੇ ਜਿਵੇਂ ਰਿਪ੍ਰੈਜੈਂਟੇਟਿਵ, ਉਹਨਾਂ ਨੂੰ ਆਥੋਰਾਈਜ਼ ਕਰ ਦਿੰਦੇ ਨੇ ਅੱਗੇ ਟਿਕਟ ਇਸ਼ੂ ਕਰਨ ਲਈ, ਠੀਕ ਹੈ। ਉਹਨਾਂ ਨੂੰ ਜਦੋਂ ਆਥੋਰਾਈਜ਼ ਕਰ ਦਿੰਦੇ ਨੇ, ਇਹ ਹੁੰਦਾ ਫਾਰਮ ਏ, ਇਹ ਜਿਹੜਾ ਫਾਰਮ ਏ ਹੈ ਜਦੋਂ ਉਹਨਾਂ ਨੂੰ ਆਥੋਰਾਈਜ਼ ਕਰ ਦਿੰਦੇ ਨੇ ਵੀ ਤੁਸੀਂ ਅੱਗੇ ਟਿਕਟ ਇਸ਼ੂ ਕਰ ਸਕਦੇ ਹੋ, ਇਹ ਚੀਫ ਇਲੈਕਟੋਰਲ ਆਫੀਸਰ ਜਿਹੜੀ ਉਸ ਸਟੇਟ ਦੀ ਜਾਂ ਯੂਟੀ ਦੀ ਜਿਹੜੀ ਸੀਈਓ ਨੇ ਉਹਨਾਂ ਨੂੰ ਸਬਮਿਟ ਕਰਨਾ ਮੈਂਡੇਟਰੀ ਹੁੰਦਾ ਪਾਰਟੀ ਵੱਲੋਂ, ਤੇ ਐਵੇਂ ਹੀ ਜਿਹੜਾ ਕੀ ਕਹਿੰਦੇ ਆਰ ਓ ਨੂੰ ਵੀ ਸੇਮ ਇਹ ਫਾਰਮ ਸਬਮਿਟ ਹੁੰਦਾ, ਇਹਦੇ ਵਿੱਚ ਉਹਨਾਂ ਦੇ ਸਿਗਨੇਚਰ ਵਗੈਰਾ। ਫਿਰ ਹੁੰਦਾ ਮੇਨ ਆ ਫਾਰਮ ਬੀ, ਜਿਹੜੀ ਟਿਕਟ ਜਿਹਨੂੰ ਆਪਾਂ ਕਹਿੰਦੇ ਹਾਂ, ਏ ਵੀ ਉਹਦਾ ਪਾਰਟ ਹੈ ਟਿਕਟ ਦਾ, ਬੀ ਵੀ ਪਾਰਟ ਹੈ, ਇਹਦੇ ਵਿੱਚ ਆ ਜਾਂਦਾ ਨੇਮ ਆਫ ਕੰਸਟੀਟਿਊਐਂਸੀ, ਨੇਮ ਆਫ ਅਪਰੂਵਡ ਕੈਂਡੀਡੇਟ, ਫਾਦਰ ਨੇਮ, ਪੋਸਟਲ ਐਡਰੈਸ, ਅੱਗੇ ਆ ਗਿਆ ਨੇਮ ਆਫ ਸਬਸਟੀਟਿਊਟ ਕੈਂਡੀਡੇਟ, ਹੂ ਵਿਲ ਸਟੈਪ ਇਨ ਔਨ ਦੀ ਅਪਰੂਵਡ ਕੈਂਡੀਡੇਟਸ ਬੀਂਗ ਰਿਜੈਕਟਿਡ ਔਨ ਸਕਰੂਟਨੀ ਔਰ ਔਨ ਹਿਜ ਵਿਡਰਾਇੰਗ ਫਰੋਮ ਦੀ ਕੰਟੈਸਟ ਇਫ ਸਬਸਟੀਟਿਊਟ ਕੈਂਡੀਡੇਟ ਇਜ਼ ਸਟਿਲ ਅ ਕੰਟੈਸਟਿੰਗ ਕੈਂਡੀਡੇਟ। ਇਹ ਉਸੇ ਸਿਨੈਰੀਓ ਚ ਆਣਗੇ ਜੇ ਤਾਂ ਉਹਨਾਂ ਦੇ ਨੋਮੀਨੇਸ਼ਨ ਰਿਜੈਕਟ ਹੋ ਗਏ ਜਾਂ ਇਹਨਾਂ ਨੇ ਵਿਦਡਰਾ ਕਰ ਲਏ, ਤਾਂ ਹੀ ਫਿਰ ਸਬਸਟੀਟਿਊਟ ਕੈਂਡੀਡੇਟ ਚੱਲੇਗਾ। ਹੁਣ ਇੰਡੀਪੈਂਡੈਂਟ ਵਾਲੇ ਕੇਸ ਦੇ ਵਿੱਚ ਇਹ ਬੜਾ ਇੰਪੋਰਟੈਂਟ ਹੈ, ਚਲੋ ਪੋਲੀਟੀਕਲ ਪਾਰਟੀਜ਼ ਨੂੰ ਪਤਾ ਹੁੰਦਾ ਤਾਂ ਪੋਲੀਟੀਕਲ ਪਾਰਟੀਜ਼ ਦੇ ਤਾਂ ਆਟੋਮੈਟਿਕਲੀ ਰਿਜੈਕਟ ਹੋ ਜਾਂਦੇ ਆ ਜਿਹੜੇ ਸਬਸਟੀਟਿਊਟ ਕੈਂਡੀਡੇਟ। ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਨੇ ਉਹਨਾਂ ਦੇ ਜੇ ਕੋਈ ਸਬਸਟੀਟਿਊਟ ਫਾਈਲ ਕੀਤਾ ਹੋਇਆ ਤਾਂ ਉਹਨਾਂ ਨੂੰ ਵਿਦਡਰਾ ਕਰਨਾ ਪੈਂਦਾ, ਅਦਰਵਾਈਜ਼ ਕਿਉਂਕਿ ਉਹਨਾਂ ਨੇ 10 ਪ੍ਰਪੋਜ਼ਲਸ ਦੇ ਨਾਲ ਫਾਈਲ ਕੀਤਾ ਹੋਇਆ ਤਾਂ ਉਹਨਾਂ ਦਾ ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ ਕੰਟੈਸਟ ਜਿਹੜਾ ਉਹਨਾਂ ਦਾ ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ ਉਹਨਾਂ ਦੇ ਨੋਮੀਨੇਸ਼ਨ ਐਕਸੈਪਟ ਹੋ ਕੇ ਉਹ ਵੀ ਇੱਕ ਕੈਂਡੀਡੇਟ ਰਹਿ ਜਾਂਦੇ ਨੇ। ਇਹ ਇੰਡੀਪੈਂਡੈਂਟ ਕੈਂਡੀਡੇਟ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਇਸ ਤੋਂ ਇਲਾਵਾ ਜਿਹੜੇ ਨੇ ਹੁਣ ਮੇਨ ਤਾਂ ਹੁੰਦਾ ਹੁਣ ਇਹ ਵੀ ਇੱਕ ਇੱਕ ਚੀਜ਼ ਜਿਹੜੀ ਆ ਮਾਈਨਿਊਟਲੀ ਜਿਹੜੀ ਆ ਵੀ ਦੇਖਣੀ ਪੈਂਦੀ ਹੈ। ਫਿਰ ਇਹੀ ਇੱਕ ਜਿਹੜਾ ਹੁੰਦਾ ਕਿ ਲੈਟਸ ਸੇ ਆਪਾਂ ਤੁਸੀਂ ਕਹਿ ਦਿੰਦੇ ਵੀ ਕੋਈ ਵੀ ਫਾਰਮ ਦੇ ਵਿੱਚ ਖਾਲੀ ਜਗ੍ਹਾ, ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਬਹੁਤ ਇੰਪੋਰਟੈਂਟ ਹੈ ਕਿ ਖਾਲੀ ਨਹੀਂ ਰਹਿਣਾ ਚਾਹੀਦਾ। ਜੇ ਫੇਰ ਵੀ ਕੋਈ ਜਿਵੇਂ ਖਾਲੀ ਰਹਿ ਵੀ ਜਾਂਦਾ ਜਿਸ ਟਾਈਮ ਦੇ ਉੱਤੇ ਆਪਾਂ ਨੋਮੀਨੇਸ਼ਨ ਫਾਈਲ ਕਰਨ ਜਾਂਦੇ ਹਾਂ ਤਾਂ ਇਹ ਰਿਟਰਨਿੰਗ ਆਫੀਸਰ ਦੀ ਡਿਊਟੀ ਹੁੰਦੀ ਹੈ ਕਿ ਉਹ ਉਸੇ ਟਾਈਮ ਦੇ ਉੱਤੇ ਚੈੱਕ ਕਰਦੇ ਨੇ, ਉਹ ਸਾਰਾ ਫਾਰਮ ਚੈੱਕ ਕਰਦੇ ਨੇ। ਚੈੱਕ ਕਰਕੇ ਫਿਰ ਉਹਨਾਂ ਦੀ ਇੱਕ ਚੈੱਕ ਲਿਸਟ ਹੁੰਦੀ ਹੈ, ਉਹਦੇ ਵਿੱਚ ਨੀਚੇ ਕਾਲਮ ਹੁੰਦਾ, ਉਹਦੇ ਸਪੈਸੀਫਿਕਲੀ ਲਿਖਦੇ ਨੇ ਵੀ ਇਹਨਾਂ ਦੇ ਇਹ ਪੇਜ ਦੇ ਉੱਤੇ ਇੰਨਾ ਨੰਬਰ ਪੁਆਇੰਟ ਬਲੈਂਕ ਸੀਗਾ। ਜੇ ਰਿਟਰਨਿੰਗ ਆਫੀਸਰ ਉਹ ਚੀਜ਼ ਨਹੀਂ ਦੱਸਦੇ
ਫਿਰ ਉਸ ਗਰਾਊਂਡ ਦੇ ਉੱਤੇ ਰਿਜੈਕਸ਼ਨ ਨਹੀਂ ਹੋ ਸਕਦੀ। ਤਾਂ ਇਸ ਕਰਕੇ ਇੱਥੇ ਰਿਟਰਨਿੰਗ ਆਫਿਸਰ ਦੀ ਵੀ ਡਿਊਟੀ ਹੁੰਦੀ ਹੈ ਕਿ ਜੇ ਤੁਹਾਡਾ ਕੋਈ ਫਾਰਮ ਵਗੈਰਾ ਖਾਲੀ ਰਹਿ ਗਿਆ ਵੀ ਕੋਈ ਵੀ ਪੁਆਇੰਟ ਰਹਿ ਗਿਆ ਤਾਂ ਉਹ ਚੀਜ਼ ਨੂੰ ਦੱਸਣਾ। ਤੇ ਸੋਫਤ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਬੜੇ ਵਿਸਤਾਰ ਨਾਲ ਇਹ ਚੀਜ਼ ਦੱਸੀ ਹੈ ਔਰ ਸਿੱਖਣ ਨੂੰ ਵੀ ਬਹੁਤ ਜ਼ਰੂਰੀ ਹੈ। ਦੇਖੋ ਇਹ ਕੈਂਡੀਡੇਟ ਦਾ ਨੋਮੀਨੇਸ਼ਨ ਫਾਈਲ ਕਰਨਾ ਵੀ ਇੱਕ ਬਹੁਤ ਇੰਪੋਰਟੈਂਟ ਟੈਕਨੀਕਲ ਪਾਰਟ ਹੈ। ਤੁਹਾਡਾ ਇੱਕ ਇੱਕ ਡਾਕੂਮੈਂਟ, ਇੱਕ ਇੱਕ ਜਾਣਕਾਰੀ, ਯਾਨੀ ਕਿ ਤੁਹਾਡੀ ਡੇਟ ਆਫ ਬਰਥ ਸਹੀ ਹੋਣੀ ਚਾਹੀਦੀ, ਤੁਹਾਡਾ ਨਾਮ ਸਹੀ ਹੋਣਾ ਚਾਹੀਦਾ, ਤੁਹਾਡਾ ਐਸੈਟਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਜ਼ਮੀਨ ਕਿੱਥੇ ਹੈ, ਪ੍ਰੋਪਰਟੀ ਕੀ ਹੈ, ਗੱਡੀ ਕਿਹੜੀ ਖਰੀਦੀ, ਬੱਚਿਆਂ ਦੀ ਜਾਣਕਾਰੀ ਪੂਰਾ, ਯਾਨੀ ਕਿ ਤੁਹਾਡਾ ਇੱਕ ਇਤਿਹਾਸ ਇਹ ਨੋਮੀਨੇਸ਼ਨ ਜਿਹੜਾ ਹੁੰਦਾ ਉਹਦੇ ਵਿੱਚ ਦਰਜ ਹੁੰਦਾ ਹੈ। ਕੈਂਡੀਡੇਟ ਕਵਰਿੰਗ ਕੈਂਡੀਡੇਟ ਕਿਵੇਂ ਹੁੰਦਾ, ਤਮਾਮ ਸਾਨੂੰ ਅੱਜ ਅਸੀਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਔਰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਨੂੰ ਵੀ ਅੱਗੇ ਸਾਂਝਾ ਕਰਨ ਵਿੱਚ ਆਸਾਨੀ ਹੋਏਗੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤਾਂ ਇਹ ਬਹੁਤ ਇੰਪੋਰਟੈਂਟ ਸੀਗਾ ਦੱਸਣਾ ਔਰ ਬੜਾ ਸਾਨੂੰ ਵੀ ਲੱਗਿਆ ਕਿ ਕਿੰਨਾ ਇੱਕ ਵੱਡਾ ਇਹ ਟੈਕਨੀਕਲ ਪਾਰਟ ਹੈ ਜਿਹੜਾ ਕੰਮ ਹੈ। ਖਾਲੀ ਚੋਣ ਲੜਨਾ, ਖੜੇ ਹੋ ਕੇ ਭਾਸ਼ਣ ਦੇਣੇ ਨਹੀਂ, ਉਸ ਤੋਂ ਪਹਿਲਾਂ ਦਾ ਵੀ ਕੰਮ ਬਹੁਤ ਹੈ, ਤਾਂ ਹੀ ਕੈਂਡੀਡੇਟ ਜਿਹੜਾ ਉਹ ਲੜ ਸਕਦਾ। ਵੀਡੀਓ ਜਰਨਲਿਸਟ ਸੰਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਮੋਹਾਲੀ।